ਪਿਪਲਦਾਸ ਗੁਰੂ ਸਰਵਣ ਦਾ ਹਰੀ ਦਾਸ ਗੁਰੂ ਜੋਏ ਸੋ ਹਮਰੀ ਰੱਖਿਆ ਕਰੈ ਬਿਕਨ ਗਲਾ ਕੈ ਕੋ ਤਨ ਤਨ ਸਤਿਗੁਰੂ ਗਰੀਬ ਦਾ ਵੰਦੋ ਨਤ ਸੁਭਾਸ਼ਾ ਚਰਨ ਕਵਲ ਕੋ ਦੰਡਵਤ ਕੋਟਿ ਕੋਟਿ ਪ੍ਰਣਾਮ ਚਰਨ ਕਮਲ ਕੋ ਦੰਡਵਤ ਕੋਟਿ ਕੋਟਿ ਪ੍ਰਣਾਮ ਜਪੋ ਜੀ ਸਤਨਾਮ 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 ਜੀਓ ਆਦਰਣੀ ਬੰਦਨੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਬੜੇ ਬੜੇ ਭਾਗੀ ਹੋ ਜੋ ਗੁਰੂਆਂ ਦੇ ਗੁਰੂ ਸ਼ਹਿਨ ਸ਼ੁਕ ਸ਼ਹਿਨ ਸ਼ਾਹ ਪਾਤਸ਼ਾਹ ਤੇ ਪਾਤਸ਼ਾਹ ਵਾਹਿਗੁਰੂ ਤੇ ਵਾਹਿਗੁਰੂ ਕਰਨਾ ਦੀ ਦਿਆਲੂ ਕਿਰਪਾਲੂ ਜਗ ਜਗ ਪਾਵਾ ਸਹਿਬੇ ਕਮਾਲ ਜਗਤਗੁਰੂ ਰਵਿਦਾਸ ਜੀ ਦੇ ਪਾਵਨ ਦਰਬਾਰ ਡੇਰਾ ਸ੍ਰੀ ਸ੍ਰੀ 108 ਸਰਸਵਾਮੀ ਸਰਵਣ ਦਾਸ ਡੇਰਾ ਸੱਚਖੰਡ ਬੱਲਾ ਕੇ ਕਹਿਣ ਦੀਆਂ ਗੱਲਾਂ ਦੇ ਮਹਾਨ ਮਹਾਂਪੁਰਸ਼ ਸ਼੍ਰੀ ਬਾਬਾ ਪਿੱਪਲ ਦਾਸ ਜੀ ਮਹਾਰਾਜ ਸਰਸਵਾਮੀ ਸਰਵਣ ਦਾਸ ਜੀ ਮਹਾਰਾਜ ਸਰਸਵਾਮੀ ਹਰੀਦਾਸ ਜੀ ਮਹਾਰਾਜ ਸਰਸਵਾਮੀ ਗਰੀਬ ਦਾਸ ਜੀ ਮਹਾਰਾਜ ਗੁਰਗੱਦੀ ਤੇ ਬਿਰਾਜਮਾਨ 108 ਸਰਸਵਾਮੀ ਰੰਜਨ ਦਾਸ ਜੀ ਮਹਾਰਾਜ ਔਰ ਦਾਸਕਿਆ ਕੌਮ ਦੇ ਮਨਸ਼ੀ ਸੰਤ ਰਾਮਾਨੰਦ ਜੀ ਮਹਾਰਾਜ ਜਿਨ੍ਹਾਂ ਦੇ ਪਰਉਪਕਾਰਾਂ ਸਦਕਾ ਆ ਸਾਰੀਆਂ ਵਿਸ਼ਵ ਦੀਆਂ ਸੰਗਤਾਂ ਸਹਿਬੇ ਕਮਾਲ ਜਗਤਗੁਰੂ ਰਵਿਦਾਸ ਜੀ ਮਹਾਂਪੁਰਸ਼ਾਂ ਦੇ ਸਾਕਸ਼ਾਤ ਰੂਪ ਦੇ ਵਿੱਚ
ਔਰ ਸਵਾਮੀ ਸਰਵਣ ਦਾਸ ਜੀ ਮਹਾਪੁਰਸ਼ਾਂ ਦੇ ਸੰਤਾਂ ਦੇ ਦਰਸ਼ਨ ਦਾਰੇ ਕਰਕੇ ਆਪਣੇ ਜੀਵਨ ਨੂੰ ਨਿਰਮਲ ਪਵਿੱਤਰ ਪਨੇਰ ਬਣਾ ਰਹੇ ਹੋ ਔਰ ਸੰਤਾਂ ਦੇ ਯੁੱਗ ਹੋ ਜਿਹੜੇ ਆਪਣੇ ਗੁਰੂਆਂ ਦੀ ਬਾਣੀ ਸਰਵਣ ਕਰਦੇ ਨੇ। ਤੋ ਸੰਤ ਰਾਮਾਨੰਦ ਜੀ ਮਹਾਰਾਜ ਦੇ ਉਪਦੇਸ਼, ਗੁਰੂ ਰਵਿਦਾਸ ਜੀ ਮਹਾਰਾਜ ਦੇ ਪਾਵਨ ਉਪਦੇਸ਼ ਸਰਵਣ ਕਰਵਾਉਂਦੇ ਨੇ। ਗੁਰੂ ਰਵਿਦਾਸ ਜੀ ਮਹਾਰਾਜ ਦੇ ਅੰਮ੍ਰਿਤ ਵਚਨ ਜਨ ਜਨ ਤੱਕ ਪਹੁੰਚਾਉਂਦੇ ਨੇ ਤੇ ਸਤਨਾਮ ਦਾ ਜਾਪ ਜਪਾਉਂਦੇ ਨੇ। ਤੋ ਆਓ ਸਾਰੀਆਂ ਸੰਗਤਾਂ ਪ੍ਰੇਮ ਦੇ ਨਾਲ ਜਿੱਥੇ ਵੀ ਬੈਠੇ ਹਾਂ, ਬੱਲਾ ਟੀਵੀ ਦੇ ਮਾਧਿਅਮ ਦੇ ਜ਼ਰੀਏ ਸਾਰੀਆਂ ਸੰਗਤਾਂ ਦਰਸ਼ਨਦਾਰੇ ਕਰ ਰਹੀਆਂ ਨੇ, ਉੱਥੇ ਆਪਣੇ ਗੁਰੂਆਂ ਦੇ ਆਪਣੇ ਪਿਤਾ ਪਰਮੇਸ਼ਵਰ ਸਾਹਿਬ ਕਮਾਲ ਜੀ ਗੁਰੂ ਦਾਸ ਜੀ ਮਹਾਰਾਜ ਦੇ ਪਾਵਨ ਨਾਮ ਅੰਮ੍ਰਿਤ ਨੂੰ ਜਪੀਏ ਔਰ ਆਪਣਾ ਜੀਵਨ ਸਫਲਾ ਬਣਾਈਏ ਜੀ। ਜਪੋ ਸਤਨਾਮ 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 ਜੀ ਸਤਨਾਮ 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 ਦਾ ਜਾਪ ਜਪਾਉਂਦੇ ਨੇ ਔਰ ਸਾਰਿਆਂ ਨੂੰ ਪਰਮਾਤਮਾ ਦੇ ਨਾਮ ਨਾਲ ਜੋੜਦੇ ਨੇ। ਤੋਂ ਆਓ ਪਿਆਰਾ ਸ਼ਬਦ, ਨਦੀਆਂ ਲਹਿਰੀ ਵਸ ਰਹਾ ਸਾਗਰ ਅਤਿ ਗੰਭੀਰ, ਚੌਦਾਂ ਰਤਨ ਉਪਾਇਆ ਸਤਿਗੁਰ ਗੁਣੀ ਕਹੀ, ਤੇ ਚੌਦਾਂ ਰਤਨ ਜਿਹੜੇ ਸਾਰੇ। ਤੋਂ ਆਓ ਪ੍ਰੇਮ ਦੇ ਨਾਲ
ਨਦੀਆ ਲੈਰੀ ਬਸ ਰਿਹਾ ਨਦੀਆ ਨਦੀਆਂ ਲੈ ਰੇ ਬਸ
ਪਰਮਾਤਮਾ ਨਦੀਆਂ ਤੇ ਲਹਿਰਾਂ ਸਾਰੇ ਸੰਸਾਰ ਦੇ ਵਿੱਚ ਉਹ ਆਪ ਰਮਿਆ ਹੋਇਆ ਹੈ ਤੇ ਇਸ ਲਈ ਉਸ ਪ੍ਰਭੂ ਪਰਮਾਤਮਾ ਦੇ ਅੱਗੇ ਹਮੇਸ਼ਾ ਬੇਨਤੀ ਕਰਨੀ ਚਾਹੀਦੀ ਹੈ ਤੁਮ ਕਰੋ ਕਿਰਪਾ ਮੋਹਿ ਸਾਈ ਸਵਾਸ ਵਾਸ ਤੁਝ ਨਾਮ ਸਮਾਰੋ ਤੁਮੇ ਪੇਟ ਮਮ ਮਨ ਹਰ ਸਾਈ ਹਮੇਸ਼ਾ ਪਰਮਾਤਮਾ ਦਾ ਨਾਮ ਹੀ ਜਪਦੇ ਰਹੀਏ ਇਹ ਜਿਹੜਾ ਜੀਵਨ ਹੈ ਇਹ ਸੰਤਾਂ ਦੇ ਕਰਕੇ ਮਿਲਿਆ ਸਰਵਣ ਰਾਜਨ ਦਾਸ ਜੀ ਮਹਾਰਾਜ ਸੰਤ ਰਾਮ ਮਹਾਰਾਜ ਜੀ ਸਵਾਮੀ ਸਰਵਣ ਦਾਸ ਜੀ ਗੁਰੂ ਰਵਿਦਾਸ ਜੀ ਪਵਾ ਜਿਨ੍ਹਾਂ ਦੇ ਕਰਕੇ ਸਾਡਾ ਸਾਰਿਆਂ ਦਾ ਜੀਵਨ ਸਫਲ ਹੋ ਰਿਹਾ ਤਾਂ ਆਓ ਪਿਆਰ ਦੇ ਨਾਲ ਪਿਆਰਾ ਸ਼ਬਦ ਸਰਵਣ ਕਰੀਏ ਤੁਮ ਕਰੋ ਕਿਰਪਾ ਮੋਹਿ ਸਾਈ ਸਵਾਸ ਸਵਾਸ ਤੁਝ ਨਾਮ ਸਮਾਰੋ ਤੁਮੇ ਪੇਟ ਮਮ ਮਨ ਹਰ ਸਾਈ ਤੁਮ ਕਰੋ ਕਿਰਪਾ ਮੋਹਿ ਸਾਈ करो कृपा मोहे साई बहुत प्यारा शब्द प्रेम दा प्यार तुम करो कृपा मोहे साई तुम करो कृपा मोहे ਤੁਮੇ
ਸਤਿਗੁਰ ਦੀਨ ਦਿਆਲ ਹਮੇਸ਼ਾ ਕਿਰਪਾ ਕਰਦੇ ਨੇ ਸੁੱਖਾਂ ਦੇ ਸਾਗਰ ਜਿਨ੍ਹਾਂ ਦੇ ਕਰਕੇ ਸਾਡਾ ਸਾਰਿਆਂ ਦਾ ਜੀਵਨ ਸਫਲ ਹੁੰਦਾ ਹੈ। ਤੋ ਸਾਧ ਸੰਗਤ ਜੀ, ਅੱਜ ਬੁੱਧਵਾਰ ਦਾ ਦਿਨ ਹੈ ਤੇ ਸਾਰੀਆਂ ਸੰਗਤਾਂ ਗੁਰੂ ਰਵਿਦਾਸ ਜੀ ਮਹਾਰਾਜ ਦੇ ਦੌਰੀ ਦਾ ਅੰਮ੍ਰਿਤ ਛਕਦੀਆਂ ਨੇ, ਉਹ ਭਾਗਾਂ ਵਾਲੀਆਂ ਸੰਗਤਾਂ ਤੇ ਮਹਾਰਾਜ ਜੀ ਉਹ ਪਰਮਾਤਮਾ ਦੇ ਨਾਮ ਦਾ ਅੰਮ੍ਰਿਤ ਸਿਖਾਉਂਦੇ ਨੇ ਤੇ ਸੁਰਤ ਸੁਆਗਣ ਗੁਰਦੇਵ ਪਿਆਰੀ ਸੋਹਣ ਨਾਮ ਸਾਖੇ ਲਈ ਬਹੁਤ ਜਨਮ ਦੇ ਵਿਛੜਿਆ ਨੂੰ ਆਣ ਗੁਠਾਰੇ ਬੇਲੀ ਆਪ ਹੀ ਮਿਲਾ ਲੈਂਦੇ ਨੇ। ਆਪ ਸਮਾਨ ਆਪਣੇ ਕੀਤੀ ਅਗਿਆਨ ਤੇ ਜਾਗੀ ਭੁੱਲੀ ਚੁੱਕੀ ਰਸਤੇ ਪੈ ਗਏ ਤੂੰ ਸੁਣ ਲਾ ਕੇ ਤੇ ਗੁਰੂ ਗੁਰੂਰਾ ਤਖਤ ਤੇ ਬੈਠੇ ਹੋਏ ਨੇ। ਬਹੁ ਜਨਮ ਦੇ ਵਿਛੜਿਆ ਨੂੰ ਆਣ ਗੁਰਾਂ ਨੇ ਮਿਲੀ ਸੁਰਤ ਸੁਹਾਗਣ ਗੁਰਦੇਵ ਪਿਆਰੀ ਸੁਰਤ ਸੁਹਾਗਣ ਗੁਰਦੇਵ ਪਿਆਰੀ ਸੋਹਣੇ ਨਾਮ ਸੰਗ ਹੇ
ਝੂਠੀ ਖੇਡ ਵਿਸਰ ਗਈ ਤਨ ਤੇ ਝੂਠੀ ਖੇਡ ਵਿਸਰ ਗਈ ਤਨ ਤੇ ਬਾਜੀ ਕਰ ਸਿਉ ਕਰੇ ਸੁਧਾਰ
ਗੁਰਤ ਸਵਾਗਣ ਗੁਰਦੇਵ ਪਿਆਰੀ ਸੋਹੰਗ ਨਾਮ ਸੰਖੇਲੀ ਬਹੁਤ ਜਨਮ ਦੇ ਵਿਛੜਿਆਂ ਨੂੰ ਆਣ ਗੁਰਾਂ ਦੇ ਮੇਲੀ ਗੁਰੂ ਮਹਾਂਪੁਰਸ਼ ਆਪਣੇ ਪਿਆਰਿਆਂ ਨੂੰ ਆਪ ਹੀ ਮਿਲਾ ਲੈਂਦੇ ਨੇ ਤੇ ਗੁਰੂ ਮਹਾਂਪੁਰਸ਼ ਹਮੇਸ਼ਾ ਦਇਆ ਦੇ ਸਾਗਰ ਨੇ ਤੇ ਜਿਹਨਾਂ ਦਾ ਦੇਣਾ ਅਸੀਂ ਕਦੇ ਦੇ ਨਹੀਂ ਸਕਦੇ ਕਿਉਂਕਿ ਦਰਸ਼ਨ ਦੀਜੈ ਰਾਮ ਦਰਸ਼ਨ ਦੀਜੈ ਦਰਸ਼ਨ ਦੀਜੈ ਬੇਲੰਬ ਨਾ ਕੀਜੈ ਸਰੂ ਰੰਜਨ ਦਾਸ ਜੀ ਮਹਾਰਾਜ ਸਾਨੂੰ ਸਾਰਿਆਂ ਨੂੰ ਦਰਸ਼ਨ ਦਾਰੇ ਦੇ ਰਹੇ ਨੇ ਤੋ ਆਰੋ ਪਿਆਰਾ ਸ਼ਬਦ ਸਾਰੀਆਂ ਸੰਗਤਾਂ ਗੁਰੂ ਮਹਾਰਾਜ ਦਾ ਸਰਵਣ ਕਰੀਏ ਜੀ ਦਰਸ਼ਨ ਦੀਜੈ ਰਾਮ ਦਰਸ਼ਨ ਦੀਜੈ ਦਰਸ਼ਨ ਦੀਜੈ ਬਿਲੰਬ ਦਰਸ਼ਨ ਦੀਜੈ ਰਾਮ ਦਰਸ਼ਨ ਦੀਜੈ ਦਰਸ਼ਨ ਦੀਜੈ 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 ਦਰਸ਼ਨ ਦੀਜੈ ਬਿਲੰਬ ਨਾ ਕੀਜੈ ਦਰਸ਼ਨ ਦੀਜੈ ਬਿਲੰਬ ਨਾ ਕੀਜੈ ਦਰਸ਼ਨ ਦੀਜੈ ਬਿਲੰਬ ਦਰਸ਼ਨ ਦੀਜੈ ਰਾਮ ਦਰਸ਼ਨ ਦੀਜੈ ਦਰਸ਼ਨ ਦੀਜੈ ਦਰਸ਼ਨ ਦੀਜੈ ਰਾਮ ਦਰਸ਼ਨ ਦੀਜੈ ਦਰਸ਼ਨ ਦੀਜੈ ਦਰਸ਼ਨ ਕੋ ਜਿਵੇਂ ਚਕੋਰਾ ਬਿਨ ਦਰਸ਼ਨ ਕੋ ਜਿਵੇਂ ਚਕੋਰਾ ਦਰਸ਼ਨ ਦੀਜੈ ਰਾਮ ਦਰਸ਼ਨ ਦੀਜੈ ਦਰਸ਼ਨ ਦੀਜੈ ਦਰਸ਼ਨ ਦੀਜੈ ਰਾਮ ਦਰਸ਼ਨ ਦੀਜੈ ਦਰਸ਼ਨ ਦੀਜੈ ਦਰਸ਼ਨ ਦੀਜੈ ਬਿਲੰਬ ਨਾ ਕੀਜੈ 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 ਦਰਸ਼ਨ ਦੀਜੈ ਰਾਮ ਦਰਸ਼ਨ ਦੀਜੈ ਦਰਸ਼ਨ ਦੀਜੈ ਦਰਸ਼ਨ ਦੀਜੈ ਰਾਮ ਦਰਸ਼ਨ ਦੀਜੈ ਦਰਸ਼ਨ ਦੀਜੈ ਦਰਸ਼ਨ ਦੀਜੈ ਰਾਮ ਦਰਸ਼ਨ ਦੀਜੈ ਦਰਸ਼ਨ
दर्शन दी जय राम दर्शन दी जय दर्शन दी जय दर्शन दी जय राम दर्शन दी जय दर्शन दी जय दर्शन दी जय बिलहम में नगी जय दर्शन दी जय बिलहम में नगी दर्शन दी जय बिलहम में नगी दर्शन दी जय बिलहम में नगी जय दर्शन दी जय राम दर्शन दी जय दर्शन दर्शन दी जय राम दर्शन दीजय दर्शन दीजय सतनाम सदा सतगुरु दर्शन देंदे ने ते सारियां संगतां दा जीवन सफला करदे ने ते महापुरुष हमेशा पुलियां नूं रस्ते पाउंदे ने ਕਾਂਛੀ ਵਾਲੇ ਸਤਿਗੁਰ ਦੇ ਜੱਗ ਵਿੱਚ ਜੈ ਜੈਕਾਰ ਬੱਲਾ ਵਾਲੇ ਸੰਤਾਂ ਦੀ ਜੱਗ ਵਿੱਚ ਜੈ ਜੈਕਾਰ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਕਿਉਂਕਿ ਕਰਦੀਆਂ ਨਮਸਕਾਰ ਤੇ ਬੱਲਾ ਵਾਲੇ ਸੰਤਾਂ ਦੀ ਜੱਗ ਵਿੱਚ ਜੈ ਜੈਕਾਰ ਜਿਹੜੇ ਸਾਰੇ ਕਾਰ ਡੇਰਾ ਸਚਖੰਡ ਬੱਲਾ ਕੀ ਕਹਿਣ ਦੀਆਂ ਗੱਲਾਂ ਦੇ ਮਹਾਨ ਮਹਾਂਪੁਰਸ਼ਾਂ ਨੇ ਸਾਨੂੰ ਜਨਮ ਸਥਾਨ ਦਿੱਤਾ ਹੈ ਸਰ ਸਹਿਬਤ ਮਲ ਜਿੰਦ ਦਾਸ ਜੀ ਮਹਾਂਪੁਰਸ਼ਾਂ ਦੇ ਪਾਵਨ ਅੰਮ੍ਰਿਤਾਨ ਕਿਉਂਕਿ ਸੰਤ ਤੇ ਅਨੰਤ ਪ੍ਰਭੂ ਪਰਮਾਤਮਾ ਦੇ ਵਿੱਚ ਕੋ ਅੰਤਰ ਨਹੀਂ ਤੇ ਸੰਤ ਰਾਮਾਨਾ ਜੀ ਮਹਾਰਾਜ ਦੇਸ਼ ਵਿਦੇਸ਼ ਸਾਰੇ ਜਾ ਕੇ ਗੁਰੂ ਰਵਿਦਾਸ ਜੀ ਮਹਾਰਾਜ ਦੇ ਪਾਵਨ ਅੰਮ੍ਰਿਤ ਵਚਨਾਂ ਨੂੰ ਚਾਰ ਚੰਦ ਲਗਾਉਂਦੇ ਨੇ ਔਰ ਸਰਵ ਰੰਜਨ ਦਾਸ ਜੀ ਮਹਾਰਾਜ ਹੋੜੇ ਹੁਣ ਦੁਬਈ ਜਾ ਕੇ ਆਏ ਨੇ ਤੇ ਸਾਧ ਸੰਗਤ ਜੀ ਕਿੰਨੀ ਕੁ ਸੰਗਤ ਜੁੜ ਜਾਓ ਇਹ ਪ੍ਰੇਮ ਹੈ ਪਿਆਰ ਹੈ ਤੜਫ ਹੈ ਤੰਗ ਹੈ ਵਿਰਾਗ ਹੈ ਪ੍ਰੇਮ ਹੈ ਗੁਰੂਆਂ ਦੇ ਨਾਲ ਕਿਉਂਕਿ ਜਿਨ੍ਹਾਂ ਨੇ ਸਾਰਾ ਸੰਸਾਰ ਜੋੜਿਆ ਔਰ ਜੋੜ ਰਹੇ ਨੇ ਤੇ ਜੋੜਦੇ ਰਹਿਣਗੇ ਸਦਾ ਹੀ ਸੰਤ ਜਗ ਤੇ ਜਿਉਂਦੇ ਨੇ ਹਾਏ ਦਾਨੀ ਤੇ ਭਗਤ ਸੋ ਸਦਾ ਜਗ ਜਿਉਂਦੇ ਨੇ ਹਾਏ ਨਾਮ ਰਹੋ ਸਾਧ ਰਹੋ ਰਹੋ ਗੁਰ ਗੋਬਿੰਦ ਸਦਾ ਸੰਤਾਂ ਨੇ ਦੁਨੀਆਂ ਤੇ ਰਹਿਣਾ ਉਹਨਾਂ ਦਾ ਨਾਮ ਪਰਮਾਤਮਾ ਦਾ ਰਹਿਣਾ ਤੇ ਕਿਉਂਕਿ ਭਗਵਾਨ ਨੇ ਰਹਿਣਾ ਇਤਨਾ ਨਹੀਂ ਰਹਿਣਾ ਤੇ ਮੇਰੇ ਵਰਗੇ ਜਿਹੜੇ ਸੰਸਾਰ ਤੇ ਆਉਂਦੇ ਸਾਡਾ ਜੀਵਨ ਸਫਲ ਕਰਦੇ ਨੇ ਸਾਧੂ ਸੰਤ ਤੇ ਸਾਨੂੰ ਜੀਵਨ ਸਫਲ ਕਰਨ ਦਾ ਸਮਾਂ ਮਿਲਦਾ ਤੋ ਆਓ ਜਿਕ ਜਿਕ ਕਾਂਛੀ ਵਾਲੇ ਸਤਿਗੁਰ ਦੇ ਜੱਗ ਵਿੱਚ ਜੈ ਜੈਕਾਰ ਦੂਰੋਂ ਦੂਰੋਂ ਸੰਗਤਾਂ ਆਈਆਂ ਕਰਦੀਆਂ ਨਮਸਕਾਰ ਤੋ ਪਿਆਰੀ ਰਚਨਾ ਸਰਵਣ ਕਰੀਏ ਜੀ ਪ੍ਰੇਮ ਦੇ ਨਾਲ ਪਿਆਰ ਦੇ ਨਾਲ ਜੀ ਕਾਂਛੀ ਵਾਲੇ ਸਤਿਗੁਰ ਦੇ ਜੱਗ ਵਿੱਚ ਜੈ ਜੈਕਾਰ ਜੀ ਕਾਂਛੀ ਵਾਲੇ ਸਤਿਗੁਰ ਦੇ ਜੱਗ ਵਿੱਚ ਜੈ ਜੈਕਾਰ ਕਾਂਛੀ ਵਾਲੇ ਸਤਿਗੁਰ ਦੇ ਜੱਗ ਵਿੱਚ ਜੈ
ਗੋਪੀ ਦਾਸ ਜੀ ਦਾ ਜੰਗ ਸਥਾਨ ਜੀ ਬੱਲਾ ਵਾਲਿਆ ਬਣਾਇਆ ਭੁੱਲੀ ਚੁੱਕੀ ਮਾਨਵਤਾ ਨੂੰ ਦਰਸ਼ਨ ਗੁਰਾਂ ਦਾ ਕਰਾਇਆ ਦਰਸ਼ਨ ਗੁਰਾਂ ਦਾ ਕਰਾਇਆ ਗੁਰੂ ਰਵਿਦਾਸ ਜੀ ਦਾ ਜੰਗ ਸਥਾਨ ਬੱਲਾ ਵਾਲਿਆ ਬਣਾਇਆ ਭੁੱਲੀ ਚੁੱਕੀ ਮਾਨਵਤਾ ਨੂੰ ਦਰਸ਼ਨ ਗੁਰਾਂ ਦਾ ਕਰਾਇਆ ਸਭ ਸੰਗਤਾਂ ਜੀ ਰਲ ਮਿਲ ਕੇ ਸਭ ਸੰਗਤਾਂ ਜੀ ਦਰਸ਼ਨ ਕਰਕੇ ਹੋ ਰਵਿਦਾਸ ਸ੍ਰੀ ਅੰਮ੍ਰਿਤ ਵਾਣੀ ਸਭ ਨੂੰ ਅੰਮ੍ਰਿਤ ਪਿਲਾਵੇ ਅੱਜ ਸਭ ਨੂੰ ਅੰਮ੍ਰਿਤ ਪਿਲਾਵੇ ਬੜੇ ਸੋਹਣੇ ਜੋ ਪ੍ਰੇਮ ਕਰੇ ਸਭ ਵਰ ਸਭ ਪਦਾਰਥ ਪਾਵੇ ਸਭ ਵਰ ਸਭ ਪਦਾਰਥ ਪਾਵੇ ਗੁਰੂ ਰਵਿਦਾਸ ਜੀ ਦੀ ਅੰਮ੍ਰਿਤ ਵਾਣੀ ਸਭ ਨੂੰ ਅੰਮ੍ਰਿਤ ਪਿਲਾਏ ਬੜੇ ਸੋਹਣੇ ਜੋ ਪ੍ਰੇਮ ਕਰੇ ਸਫਰ ਸਾਹ ਦਰਦ ਪਾਏ ਸਭ ਕੁਝ ਮਿਲਦਾ ਸਤਿਗੁਰ ਕੋਲ ਹੋ ਸਭ ਕੁਝ ਮਿਲਦਾ ਸਤਿਗੁਰ ਕੋਲ ਕੋਈ ਨਾ ਖਾ ਲਈ ਜਾਏ ਜੀ ਬੱਲਾ ਵਾਲੇ ਸਤਿਗੁਰ ਦੀ ਜਗ ਵਿੱਚ ਜੈ ਜੈ ਕਾਰ ਜੀ ਬੱਲਾ ਵਾਲੇ ਸਤਿਗੁਰ ਦੀ ਜਗ ਵਿੱਚ ਜੈ ਜੈ ਕਾਰ ਜੀ ਕਾਸ਼ੀ ਵਾਲੇ ਸਤਿਗੁਰ ਦੀ ਜਗ ਵਿੱਚ ਜੈ ਜੈ ਕਾਰ ਦੂਰੋਂ ਦੂਰੋਂ ਸੰਗਤਾਂ ਆਇਆ ਹੈ ਜੀ ਧਰਮ ਸਾਡਾ ਗੁਰੂ ਨਰੰਜਣ ਦਾਸ ਬਤਾਏ ਰਵਿਦਾਸੀਆ ਹੈ ਜੀ ਧਰਮ ਸਾਡਾ ਗੁਰੂ ਨਰੰਜਣ ਦਾਸ ਜੀ ਬਤਾਏ ਹੋ ਭੁੱਲਿਆ ਪਟ ਮਨਤਾ ਨੂੰ ਇਕੱਠੇ ਕਰਕੇ ਖਿਲਾਏ ਹਾਂ ਭੁੱਲਿਆ ਪਟ ਗਿਆ ਮਨਤਾ ਨੂੰ ਇਕੱਠਿਆਂ ਕਰਕੇ ਖਿਲਾਏ ਸਾਰੇ ਹੁਣ ਜੀ ਇਕੱਠੇ ਹੋ ਜਾਓ ਸਾਰੇ ਹੁਣ ਜੀ ਇਕੱਠੇ ਹੋ ਸਤਿਗੁਰ ਦੀ ਜਗ ਵਿੱਚ ਜੈ ਜੈ ਕਾਂਜ ਵਾਲੇ ਸਤਿਗੁਰ ਦੀ ਜਗ ਵਿੱਚ ਜੈ ਜੈ ਕਾਂ ਹਰ ਦਾ ਨਿਸ਼ਾਨ ਸਤਿਗੁਰਾਂ ਨੇ ਦੁਨੀਆਂ ਵਿੱਚ ਚਲਾਇਆ ਦੁਨੀਆਂ ਵਿੱਚ ਚਲਾਇਆ ਰਾਮਾਨੰਦ ਜੀ
ਜਾਇਆ ਹਰ ਦਾ ਨਿਸ਼ਾਨ ਕੀ ਸਤ ਗੁਰਾਂ ਨੇ ਦੁਨੀਆ ਵਿੱਚ ਲਹਿਰਾਇਆ ਰਾਮਾਨੰਦ ਜੀ ਸਤ ਗੁਰਾਂ ਨੇ ਸੱਚ ਦਾ ਵਿਗਨ ਵਿਚਾਇਆ ਸਭ ਨੂੰ ਹਰ ਦਾ ਨਾਮ ਚ ਪਾ ਕੇ ਸਭ ਨੂੰ ਹਰ ਦਾ ਨਾਮ ਚ ਪਾ ਚੰਗਾ ਕੀਤਾ ਥਾਉ ਜਵੇਲਾਂ ਵਾਲੇ ਸੰਤਾਂ ਦੇ ਜਗ ਵਿੱਚ ਜੈ ਜੈ ਅੱਛਾ ਕੀਤਾ ਕਾਜ ਪਰਮਾਤਮਾ ਨਾਲ ਮਿਲਾਉਂਦੇ ਨੇ ਤੇ ਸਦਾ ਹੀ ਜੈ ਜੈਕਾਰ ਸਾਰਾ ਸੰਸਾਰ ਕਰਦਾ ਜਿਹਨਾਂ ਨੂੰ ਕਈ ਵਾਰੀ ਨਵੇਂ ਨਵੇਂ ਆਉਂਦੀ ਸੰਗਤ ਆਉਂਦੀ ਹੈ ਕਹਿੰਦੀ ਸਾਨੂੰ ਅਸੀਂ ਬੱਲਾ ਜਾਣਾ ਕਿਉਂਕਿ ਗੁਰੂਆਂ ਦੇ ਦਰਸ਼ਨ ਪਾਣੇ ਜਦੋਂ ਇੱਕ ਵਾਰੀ ਪਾ ਲੈਂਦੇ ਉਹ ਦੁਬਾਰਾ ਕਹਿੰਦੇ ਜਾਣ ਨੂੰ ਦਿਲ ਨਹੀਂ ਕਰਦਾ ਮਹਾਰਾਜ ਜੀ ਇਹ ਸਾਰੀ ਆਪ ਜੀ ਦੀ ਕਿਰਪਾ ਹੈ ਕਿਉਂਕਿ ਸੰਤ ਹਮੇਸ਼ਾ ਆਪਣੇ ਪਰਮਾਤਮਾ ਦੇ ਚਰਨਾਂ ਨਾਲ ਜੋੜਦੇ ਨੇ ਤੇ ਹਮੇਸ਼ਾ ਜੋੜਦੇ ਰਹਿਣਗੇ ਤੋ ਆਓ ਸਾਰੀਆਂ ਸੰਗਤਾਂ ਸੋਨ ਪਾਲਕੀ ਸੰਤ ਰਾਮਾਨੰਦ ਜੀ ਮਹਾਰਾਜ ਸੋਨ ਦੇ ਮੁਖ ਦੁਆਰ ਜੜੇ ਆ ਸੋਨੇ ਦੀਆਂ ਜੋਤਾਂ ਡੇਰਾ ਸੱਚਖੰਡ ਵਾਲਾ ਕੀ ਕਹਿਣ ਦੀਆਂ ਗੱਲਾਂ ਦੇ ਮਾਨ ਮਹਾਂਪੁਰਸ਼ ਦੇ ਇਹਨਾਂ ਦਾ ਦੇਣਾ ਕਦੀ ਦੇ ਨਹੀਂ ਸਕਦੇ ਅਸੀਂ ਤਾਂ ਹਮੇਸ਼ਾ ਇਹਨਾਂ ਦੇ ਚਰਨਾਂ 'ਚ ਇਹਨਾਂ ਨੇ ਜਨਮ ਦਿੱਤਾ ਹੈ ਇਹਨਾਂ ਨੇ ਚਲਾਉਣਾ ਅੱਗੇ ਵੀ ਜੇ ਜਨਮ ਮਿਲੇ ਇਹਨਾਂ ਦੇ ਚਰਨਾਂ 'ਚ ਮਿਲੇ ਕਿਉਂਕਿ ਅਰਦਾਸੀਆ ਧਰਮ ਦੀ ਸੇਵਾ ਕਰਦੇ ਰਹੀਏ ਕਿਉਂਕਿ ਸੰਤ ਹੀ ਤਾਂ ਅਸਲੀ ਸਮਦਾਰ ਹੁੰਦੇ ਤੋ ਆਓ ਸੋਨ ਪਾਲਕੀ ਕਿੰਨੀ ਸੋਹਣੀ ਸੰਗਤਾਂ ਸਜਾਈ ਪਾਲ ਕੇ ਸਾਰੀਆਂ ਸੰਗਤਾਂ ਨੂੰ ਇਕੱਠੇ ਕਰਕੇ ਰਾਮਾਨੰਦ ਜੀ ਸਵਰੂਪ ਰੰਜਨਦਾਸ ਜੀ ਮਹਾਰਾਜ ਨੇ ਬਹੁਤ ਵੱਡਾ ਰਾਜ ਦੁਨੀਆਂ ਤੇ ਕੀਤਾ ਔਰ ਕਰ ਰਹੇ ਨੇ ਤੇ ਕਰਦੇ ਰਹਿਣਗੇ ਤੋ ਆਓ ਪ੍ਰੇਮ ਦੇ ਨਾਲ ਸਾਰੀਆਂ ਸੰਗਤਾਂ ਸੋਨ ਪਾਲ ਸੋਹਣ ਪਾਲ ਕੀ ਸੋਹਣ ਪਾਲ ਕੀ ਸੋਹਣ ਪਾਲ ਕੀ ਸੋਹਣ ਪਾਲ
ਸਾਤੇ ਕਾਨੇ ਦੋਹਰਾਇਆ ਜੀ ਆਇਆ ਹੈ ਸੰਗਤਾਂ ਨੂੰ ਜੂੜ ਪੈਣਾ ਪੂਰਾ ਸਮੇਂ ਜਾਇਆ ਹੈ ਐਸੀ ਸੂਝ ਸਾਤੇ ਕਾਨੇ ਦੋਹਰਾਇਆ ਜੀ ਆਇਆ ਹੈ ਸਮੇਂ ਰਾਮੇ ਐਵੇਂ ਗੱਲਾਂ ਕਰੀ
ਸਤਨਾਮ ਜੋ ਬੁਲਾਈ ਸੋ ਨੰਪੈ ਜਗਤਪੁਰ ਦਾਸ ਮਹਾਰਾਜ ਕੀ ਜੈ ਜੋ ਬੁਲਾਏ ਸੁਨ ਪੈ ਸ਼੍ਰੀ ਬਾਬਾ ਪਿੱਪਲ ਦਾਸ ਮਹਾਰਾਜ ਕੀ ਜੈ ਜੋ ਬੁਲਾਏ ਸੁਨ ਪੈ ਸਰੂ ਸਵਾਮੀ ਸਰਵਣ ਦਾਸ ਮਹਾਰਾਜ ਕੀ ਜੈ ਜੋ ਬੁਲਾਏ ਸੁਨ ਪੈ ਸਰੂ ਸਵਾਮੀ ਹਰਿਦਾਸ ਮਹਾਰਾਜ ਕੀ ਜੈ ਜੋ ਬੁਲਾਏ ਸੁਨ ਪੈ ਸਰੂ ਸਵਾਮੀ ਗਰੀਬ ਦਾਸ ਮਹਾਰਾਜ ਕੀ ਜੈ ਜੋ ਬੁਲਾਏ ਸੁਨ ਪੈ ਕੌਮਦੇ ਅਮਰਸ਼ੀ ਸੰਤ ਰਾਮਾਨੰਦ ਮਹਾਰਾਜ ਕੀ ਜੈ ਜੋ ਬੁਲਾਏ ਸੁਨ ਰਪੈ ਸਰਬ ਪੇਕ ਭਗਵਾਨ ਕੀ ਜੈ ਜੈ ਗੁਰਦੇਵ ਧੰਨ ਗੁਰਦੇਵ ਸਤਨਾਮ 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 ਸੋ ਹੁਣ ਗੁਰੂ ਘਰ ਦੇ ਸੇਵਾਦਾਰ ਸ਼੍ਰੀ ਮਨ ਹਰਦੇਵ ਜੀ ਜੋ ਗੁਰੂਆਂ ਦੀ ਸੇਵਾ ਕਰਦੇ ਨੇ ਤੋਂ ਆਓ ਸਾਰੀਆਂ ਸੰਗਤਾਂ ਸਹਿਬ ਇਕਮਾਲ ਜਗਤਪੁਰ ਰਵਿਦਾਸ ਜੀ ਮਹਾਂਪੁਰਸ਼ਾਂ ਦੇ ਪ੍ਰਵਚਨ ਸਰਵਣ ਕਰੀਏ ਕਿਉਂਕਿ ਅੰਮ੍ਰਿਤ ਦੇ ਪਿਆਲੇ ਸ਼ਕਤੀ ਗੁਰੂਆਂ ਦੇ ਕਿਉਂਕਿ ਗੁਰੂ ਮਹਾਰਾਜ ਕਿਰਪਾ ਕਰਨ ਸਾਰੀਆਂ ਸੰਗਤਾਂ ਜੈ ਗੁਰਦੇਵ ਧੰਨ ਗੁਰਦੇਵ ਸਤਨਾਮ 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 ਬਹੁਤ ਜਨਮ ਵਿਛੜੇ ਤੇ ਮਾਧੋ ਇਹ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਬਹਿਓ ਦਰਸ਼ਨ ਦੇਖੇ ਕਬੀਰ ਮੇਰੀ ਜਾਤ ਕੋ ਸਭ ਕੋ ਹਸਨੇ ਹਾਰ ਬਲਿਹਾਰੀ ਇਸ ਜਾਤ ਕੋ ਜਿਹ ਜਪਿਓ ਸਿਰਜਣ ਹਾਰ ਪਰਮ ਪਰਸ ਗੁਰ ਪੇਟੀਐ ਪੂਰਵ ਲਿਖਤ ਲੀਲਾਟ ਉਨ ਮਨ 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 ਹੀ ਮਿਲੇ ਛੁਟਕਤ ਬਜਨ ਕਪਾਟ ਆਦਰਣੀ ਬੰਦਨੀ ਗੁਰੂ ਪਿਆਰੀ ਸਾਧ ਸੰਗਤ ਜੀਓ ਆਪ ਸਭ ਸੰਗਤਾਂ ਬਹੁਤ ਹੀ ਵਡਭਾਗੀ ਹੋ ਕਿ ਆਪ ਸਭ ਸੰਗਤਾਂ ਬ੍ਰਹਮ ਗਿਆਨੀ ਬ੍ਰਹਮਲੀਨ ਗਰੀਬਾਂ ਦੇ ਮਸੀਹਾ ਪਰਮਾਤਮਾ ਸਰੂਪ ਸਤਿਗੁਰ ਸਵਾਮੀ ਸਰਵਨ ਦਾਸ ਮਹਾਰਾਜ ਜੀ ਦੇ ਪਾਵਨ ਪਿੱਤਰ ਦਰਬਾਰ ਤੇ ਬੈਠ ਕੇ ਡੇਰੇ ਦੇ ਮੌਜੂਦਾ ਗੱਦੀ ਨਿਸ਼ੀਨ ਦਇਆ ਦੇ ਸਾਗਰ ਨਿਮਰਤਾ ਦੇ ਪੁਜਾਰੀ ਸ਼ਾਂਤੀ ਦੇ ਪੁੰਜ ਘਟ ਘਟ ਦੀ ਜਾਣਨ ਵਾਲੇ ਪਰਮੇਸ਼ਰ ਸਰੂਪ ਸਤਿਗੁਰ ਸਵਾਮੀ ਨਿਰੰਜਨ ਦਾਸ ਮਹਾਰਾਜ ਜੀ ਦੇ ਦਰਸ਼ਨ ਦੀਦਾਰੇ ਕਰਕੇ ਆਪਣਾ ਜੀਵਨ ਸਫਲ ਕਰ ਰਹੇ ਹੈ। ਦਰਸ਼ਨ ਪਰਸੀਏ ਗੁਰੂ ਕੇ ਜਨਮ ਮਰਨ ਦੁਖ ਜਾਏ ਪੂਰਨ ਸਾਧੂ ਮਹਾਤਮਾ ਪੂਰਨ ਗੁਰੂਆਂ ਦੇ ਦਰਸ਼ਨ ਦੀਦਾਰੇ ਕਰਨ ਦੇ ਨਾਲ
ਇਹ ਜੋ ਜੀਵ ਦਾ ਜੀਵਨ ਹੈ ਸਫਲ ਹੋ ਜਾਂਦਾ ਹੈ, ਕਿਉਂਕਿ ਪੂਰਨ ਸਾਧੂ ਮਹਾਤਮਾ ਉਸ ਪਰਮੇਸ਼ਰ ਪਰਮਾਤਮਾ ਦੇ ਪਿਆਰੇ ਜੋ ਹਰ ਵੇਲੇ ਉਸ ਪਰਮੇਸ਼ਰ ਪਰਮਾਤਮਾ ਦੇ ਨਾਮ ਦੇ ਰੰਗ ਵਿੱਚ ਰੰਗੇ ਰਹਿੰਦੇ ਨੇ, ਜਦੋਂ ਅਸੀਂ ਉਹਨਾਂ ਦੇ ਦਰਸ਼ਨ ਦੀਦਾਰੇ ਕਰਦੇ ਹਾਂ ਤਾਂ ਜਿਹੜਾ ਜੀਵ ਦਾ ਜੀਵਨ ਹੈ ਉਹ ਸਫਲ ਹੋ ਜਾਂਦਾ ਹੈ, ਕਿਉਂਕਿ ਸਾਧੂ ਮਹਾਤਮਾ ਖੁਦ ਪਰਮੇਸ਼ਰ ਖੁਦ ਪਰਮਾਤਮਾ ਨੇ ਜਿਵੇਂ ਸਾਹਿਬ ਸਤਿਗੁਰ ਰਵਿਦਾਸ ਮਹਾਰਾਜ ਜੀ ਆਪਣੀ ਬਾਣੀ ਰਾਹੀਂ ਸਮਝਾ ਰਹੇ ਨੇ, ਰਵਿਦਾਸ ਭਣੇ ਜੋ ਜਾਣੇ ਸੋ ਜਾਣ ਸੰਤ ਅਨੰਤੇ ਅੰਤਰ ਨਾਹੀ, ਕਿ ਉਹ ਪਰਮੇਸ਼ਰ ਉਹ ਪਰਮਾਤਮਾ ਤੇ ਪਰਮਾਤਮਾ ਦਾ ਨਾਮ ਜਪਣ ਵਾਲੇ ਪੂਰਨ ਸਾਧੂ ਮਹਾਤਮਾ ਦੇ ਵਿੱਚ ਕੋਈ ਵੀ ਅੰਤਰ ਨਹੀਂ, ਸੰਤ ਹੀ ਪਰਮੇਸ਼ਰ ਨੇ ਪਰਮਾਤਮਾ ਨੇ, ਤੇ ਫਿਰ ਸਾਧੂ ਮਹਾਤਮਾ ਇਸ ਸੰਸਾਰ ਦੇ ਵਿੱਚ ਆ ਕੇ ਸੰਸਾਰੀ ਜੀਵਾਂ ਦਾ ਉਧਾਰ ਕਰਦੇ ਨੇ, ਉਹਨਾਂ ਨੂੰ ਪਰਮੇਸ਼ਰ ਪਰਮਾਤਮਾ ਦੇ ਨਾਮ ਦੇ ਨਾਲ ਜੋੜਦੇ ਨੇ, ਜਿਵੇਂ ਸਾਹਿਬ ਸਤਿਗੁਰ ਰਵਿਦਾਸ ਮਹਾਰਾਜ ਜੀ ਇਸ ਸੰਸਾਰ ਦੇ ਵਿੱਚ ਆਏ ਉਹਨਾਂ ਨੇ ਵੀ ਆ ਕੇ ਪਰਮੇਸ਼ਰ ਪਰਮਾਤਮਾ ਦੇ ਨਾਮ ਦੀ ਬੰਦਗੀ ਕੀਤੀ, ਸਿਮਰਨ ਕੀਤਾ, ਫੁੱਲੇ ਪਟਕੇ ਜੀਵਾਂ ਨੂੰ ਪ੍ਰਭੂ ਪਰਮੇਸ਼ਰ ਪਰਮਾਤਮਾ ਦੇ ਨਾਮ ਦੇ ਨਾਲ ਜੋੜਿਆ, ਕਿਉਂਕਿ ਜਿਹੜੇ ਪਰਮੇਸ਼ਰ ਪਰਮਾਤਮਾ ਦੇ ਪਿਆਰੇ ਪੂਰਨ ਸਾਧੂ ਮਹਾਤਮਾ ਹੁੰਦੇ ਨੇ ਉਹ ਕੇਵਲ ਤੇ ਕੇਵਲ ਇਸ ਸੰਸਾਰ ਦੇ ਵਿੱਚ ਆ ਕੇ ਆਪ ਨਾਮ ਜਪਦੇ ਨੇ ਤੇ ਸੰਸਾਰੀ ਜੀਵਾਂ ਨੂੰ ਪ੍ਰਭੂ ਪਰਮੇਸ਼ਰ ਪਰਮਾਤਮਾ ਦਾ ਨਾਮ ਜਪਾਉਂਦੇ ਨੇ, ਕਿ ਨਹੀਂ ਬਣਜੋ ਕਾਂਛੀ ਤਾਂਬਾ ਕਿ ਨਹੀਂ ਲੌਂਗ ਸੁਪਾਰੀ ਸੰਤੋ ਬਣਜਿਆ ਨਾਮ ਗੋਬਿੰਦ ਕਾ ਐਸੀ ਖੇਪ ਹਮਾਰੀ, ਕਿ ਸਾਧੂ ਮਹਾਤਮਾ ਇਸ ਸੰਸਾਰ ਦੇ ਵਿੱਚ ਆ ਕੇ ਕਿਹੜਾ ਵਪਾਰ ਕਰਦੇ ਨੇ, ਪਰਮੇਸ਼ਰ ਪਰਮਾਤਮਾ ਦੇ ਨਾਮ ਦਾ ਹੀ ਵਪਾਰ ਕਰਦੇ ਨੇ, ਪਰ ਸਤਿਗੁਰ ਜੀ ਸਮਝਾ ਰਹੇ ਨੇ ਕਿ ਸੰਸਾਰ ਦੇ ਲੋਕ ਅਲੱਗ ਅਲੱਗ ਤਰ੍ਹਾਂ ਦੇ ਵਪਾਰ ਕਰਦੇ ਨੇ, ਕੋਈ ਸੁਪਾਰੀਆਂ ਦਾ, ਕੋਈ ਲੌਂਗਾਂ ਦਾ, ਕੋਈ ਸੋਨੇ ਦਾ, ਕੋਈ ਚਾਂਦੀ ਦਾ, ਪਰ ਸਾਧੂ ਮਹਾਤਮਾ ਇਸ ਸੰਸਾਰ ਦੇ ਵਿੱਚ ਆ ਕੇ ਕਿਹੜੀ ਹੱਟੀ ਖੋਲਦੇ ਨੇ, ਉਹ ਪਰਮੇਸ਼ਰ ਉਹ ਪਰਮਾਤਮਾ ਦੇ ਨਾਮ ਦੀ, ਉਹ ਕੇਵਲ ਤੇ ਕੇਵਲ ਪਰਮੇਸ਼ਰ ਪਰਮਾਤਮਾ ਦੇ ਨਾਮ ਦਾ ਹੀ ਵਪਾਰ ਕਰਦੇ ਨੇ, ਕੋ ਬੰਜਾਰੋ ਰਾਮ ਕੋ ਮੇਰਾ ਟਾਂਡਾ ਲਾ ਲਿਆ ਜਾਏ ਰੇ, ਹੋ ਬੰਜਾਰੋ ਰਾਮ ਕੋ ਸਹਿਜ ਕਰੋ ਵਪਾਰ, ਮੈਂ ਰਾਮ ਨਾਮ ਤਾਂ ਲਾ ਲਿਆ ਬਿਖਲਾ ਦੀ ਸੰਸਾਰ। ਗੁਰੂ ਰਵਿਦਾਸ ਮਹਾਰਾਜ ਜੀ ਨੇ ਵੀ ਇਸ ਸੰਸਾਰ ਦੇ ਵਿੱਚ ਆ ਕੇ ਕੇਵਲ ਤੇ ਕੇਵਲ ਪਰਮੇਸ਼ਰ ਪਰਮਾਤਮਾ ਦੇ ਨਾਮ ਦਾ ਹੀ ਵਪਾਰ ਕੀਤਾ, ਤੇ ਸਾਧੂ ਮਹਾਤਮਾ ਵੀ ਨਾਮ ਜਪਦੇ ਨੇ ਤੇ ਸੰਸਾਰੀ ਜੀਵਾਂ ਨੂੰ ਪ੍ਰਭੂ ਪਰਮੇਸ਼ਰ ਪਰਮਾਤਮਾ ਦੇ ਨਾਮ ਦੇ ਨਾਲ ਜੋੜਦੇ ਨੇ। ਇਹ ਜੋ ਜੀਵਨ ਜੀਵ ਨੂੰ ਮਿਲਿਆ ਹੈ ਮਨੁੱਖਾ ਜੀਵਨ, ਮਹਾਂਪੁਰਖ ਸਮਝਾਉਂਦੇ ਨੇ ਕਿ ਭਾਈ ਤੈਨੂੰ ਜੀਵਨ ਮਿਲਿਆ ਹੈ ਅਵਤਾਰਾਂ ਵਾਲਾ, ਇਸ ਨੂੰ ਸਫਲ ਕਰਨਾ ਹੈ ਪਰਮੇਸ਼ਰ ਪਰਮਾਤਮਾ ਦਾ ਨਾਮ ਜਪ ਕੇ ਪ੍ਰਭੂ ਦੀ ਬੰਦਗੀ ਕਰਕੇ ਸਿਮਰਨ ਕਰਕੇ, ਕਬੀਰ ਲੁੱਟਣਾ ਹੈ ਤੋ ਲੁੱਟ ਲੈ, ਰਾਮ ਨਾਮ ਹੈ ਲੁੱਟ ਫਿਰ ਪਾਛੇ ਪਛਤਾਓਗੇ ਜਬ ਪ੍ਰਾਣ ਜਾਏਗੇ ਛੂਟ। ਹੁਣ ਕਬੀਰ ਮਹਾਰਾਜ ਜੀ ਕੀ ਸਮਝਾ ਰਹੇ ਨੇ ਕਿ ਭਾਈ ਇਹ ਤੇਰੇ ਕੋਲ ਸਮਾਂ ਹੈ,
ਇਹ ਤੇਰੇ ਕੋਲ ਟਾਈਮ ਹੈ, ਜੇ ਲੁੱਟਣਾ ਹੈ ਤਾਂ ਉਸ ਪਰਮੇਸ਼ਰ ਪਰਮਾਤਮਾ ਦੇ ਨਾਮ ਨੂੰ ਲੁੱਟ। ਸਾਧੂ ਮਹਾਤਮਾ ਪਰਮੇਸ਼ਰ ਪਰਮਾਤਮਾ ਦਾ ਨਾਮ ਲੁਟਾ ਰਹੇ ਨੇ ਭਾਈ, ਜੇਕਰ ਲੁੱਟਣਾ ਹੈ ਤਾਂ ਪਰਮੇਸ਼ਰ ਪਰਮਾਤਮਾ ਦੇ ਨਾਮ ਨੂੰ ਲੁੱਟ, ਫਿਰ ਪਾਸੇ ਪਛਤਾਓਗੇ, ਪ੍ਰਾਣ ਜਾਣਗੇ ਸ਼ੁਰੂ ਭਾਈ। ਫਿਰ ਜਦੋਂ ਸਰੀਰ ਦੇ ਵਿੱਚੋਂ ਪ੍ਰਾਣ ਚਲੇ ਗਏ ਤੇ ਫਿਰ ਤੂੰ ਪਛਤਾਉਣਾ ਹੋਣਾ, ਫਿਰ ਤੇਰੇ ਕੋਲੋਂ ਕੁਝ ਵੀ ਨਹੀਂ ਹੋਣਾ। ਜੇਕਰ ਹੁਣ ਤੇਰੇ ਕੋਲ ਸਮਾਂ ਹੈ ਤਾਂ ਪਰਮੇਸ਼ਰ ਪਰਮਾਤਮਾ ਦੇ ਨਾਮ ਦੀ ਬੰਦਗੀ ਕਰ, ਸਿਮਰਨ ਕਰ, ਕਿਉਂਕਿ ਪਰਮਾਤਮਾ ਦੇ ਨਾਮ ਤੋਂ ਬਿਨਾ ਇਹ ਜੀਵ ਇਸ ਸੰਸਾਰ ਦੇ ਭਵ ਸਾਗਰ ਨੂੰ ਪਾਰ ਨਹੀਂ ਕਰ ਸਕਦਾ। ਨਾਮ ਨੂੰ ਕਿਹੋ ਜਿਹੀ ਮਹੱਤਤਾ ਮਹਾਂਪੁਰਸ਼ਾਂ ਨੇ ਦਿੱਤੀ ਹੈ, ਬਹੁਤ ਵੱਡੀ ਵਡਿਆਈ ਪਰਮੇਸ਼ਰ ਪਰਮਾਤਮਾ ਦੇ ਨਾਮ ਨੂੰ ਦਿੱਤੀ ਹੈ। ਕਬੀਰ ਮਹਾਰਾਜ ਜੀ ਆਪਣੀ ਬਾਣੀ ਰਾਹੀਂ ਸਮਝਾ ਰਹੇ ਨੇ ਕਿਹੋ ਜਿਹੀ ਵਡਿਆਈ ਉਸ ਪਰਮੇਸ਼ਰ ਪਰਮਾਤਮਾ ਦੇ ਨਾਮ ਨੂੰ ਦਿੱਤੀ ਹੈ। ਕਬੀਰ ਸੁਪਨੇ ਹੋ ਬਣਾਈ ਕੇ ਜੋ ਮੁਖ ਨਿਕਸੇ ਰਾਮ, ਤਿਨਕੇ ਪਾਕੀ ਪਾਹਨੀ ਮੇਰੇ ਤਨ ਕੋ ਚਾਉਂ। ਕਿਹੋ ਜਿਹੀ ਵਡਿਆਈ ਉਸ ਪਰਮੇਸ਼ਰ ਪਰਮਾਤਮਾ ਦੇ ਨਾਮ ਨੂੰ ਦੇ ਰਹੇ ਨੇ ਕਿ ਭਾਈ ਜੇਕਰ ਕੋਈ ਜੀਵ ਸੁਪਨੇ ਦੇ ਵਿੱਚ ਵੀ ਬੁੜ ਬੜਾਉਂਦਾ ਹੋਇਆ ਵੀ ਪਰਮੇਸ਼ਰ ਪਰਮਾਤਮਾ ਦਾ ਨਾਮ ਉਸ ਦੀ ਰਸਨਾ ਤੋਂ ਨਿਕਲਦਾ ਹੈ ਤੇ ਮੈਂ ਉਸ ਤੋਂ ਬਲਿਹਾਰ ਬਲਿਹਾਰ ਜਾਂਦਾ ਹਾਂ, ਮੇਰੇ ਚੰਮ ਦੇ ਜੁੱਤੀ ਬਣਾ ਕੇ ਉਸਦੇ ਪੈਰ ਦੇ ਵਿੱਚ ਪਾ ਦਿੱਤੀ ਜਾਵੇ। ਜਿਹੜਾ ਸੁਪਨੇ ਦੇ ਵਿੱਚ ਵੀ ਜੀ ਪਰਮੇਸ਼ਰ ਪਰਮਾਤਮਾ ਦਾ ਨਾਮ ਜਪਦਾ ਹੈ, ਕਿਹੋ ਜਿਹੀ ਪਰਮੇਸ਼ਰ ਪਰਮਾਤਮਾ ਦੇ ਨਾਮ ਦੀ ਵਡਿਆਈ ਹੈ ਭਾਈ। ਇਸ ਕਰਕੇ ਜਿੰਨੇ ਵੀ ਮਹਾਂਪੁਰਸ਼ ਆਏ ਨੇ ਉਹ ਸਾਨੂੰ ਇਹੀ ਸਮਝਾ ਰਹੇ ਨੇ ਕਿ ਭਾਈ ਮਾਲਕ ਦਾ ਨਾਮ ਜਪੋ, ਸਿਮਰਨ ਕਰੋ। ਕਹਿ ਰਵਿਦਾਸ ਸਭੇ ਜਗ ਲੁੱਟਿਆ, ਹਮ ਤੋ ਇੱਕ ਰਾਮ ਕਹਿ ਛੁਟਿਆ। ਸਤਿਗੁਰ ਰਵਿਦਾਸ ਮਹਾਰਾਜ ਜੀ ਸਮਝਾ ਰਹੇ ਨੇ ਕਿ ਸੰਸਾਰ ਦੀ ਮੋਹ ਮਾਇਆ ਨੇ ਸਾਰੇ ਸੰਸਾਰ ਨੂੰ ਲੁੱਟਿਆ ਹੋਇਆ ਹੈ। ਇਹ ਸਾਰਾ ਸੰਸਾਰ ਇਸ ਸੰਸਾਰ ਦੀ ਮੋਹ ਮਾਇਆ ਦੇ ਵਿੱਚ ਫਸਿਆ ਹੋਇਆ ਹੈ, ਪਰ ਅਸੀਂ ਉਸ ਪਰਮੇਸ਼ਰ ਪਰਮਾਤਮਾ ਦਾ ਨਾਮ ਜਪ ਕੇ ਸਿਮਰਨ ਕਰਕੇ ਅਸੀਂ ਇਸ ਸੰਸਾਰ ਦੇ ਭਵ ਸਾਗਰ ਤੋਂ ਪਾਰ ਹੋ ਗਏ ਹਾਂ ਭਾਈ। ਜਿੰਨੇ ਵੀ ਮਹਾਂਪੁਰਸ਼ ਇਸ ਸੰਸਾਰ ਦੇ ਵਿੱਚ ਆਏ ਨੇ ਉਹ ਸਾਨੂੰ ਇਹੀ ਸਮਝਾ ਰਹੇ ਨੇ ਭਾਈ, ਪਰਮਾਤਮਾ ਦਾ ਨਾਮ ਜਪੋ, ਪ੍ਰਭੂ ਦੀ ਬੰਦਗੀ ਕਰੋ, ਜਿੰਨਾ ਵੀ ਸਮਾਂ ਮਿਲਦਾ ਉਸ ਮਾਲਕ ਦੀ ਯਾਦ ਦੇ ਵਿੱਚ ਲਾਓ, ਮਾਲਕ ਦੀ ਬੰਦਗੀ ਦੇ ਵਿੱਚ ਲਾਓ। ਫਿਰ ਪਤਾ ਨਹੀਂ ਇਹ ਸਮਾਂ ਮਿਲਣਾ ਹੈ ਜਾਂ ਨਹੀਂ ਮਿਲਣਾ, ਪਤਾ ਨਹੀਂ ਅਸੀਂ ਕਿੰਨੇ ਜਨਮਾਂ ਦੇ ਉਸ ਮਾਲਕ ਤੋਂ ਆਪਣੇ ਕੀਤੇ ਹੋਏ ਕਰਮਾਂ ਕਰਕੇ ਵਿਛੜੇ ਹੋਏ ਹਾਂ ਭਾਈ। ਇਹ ਵਾਰ ਵਾਰ ਸਾਨੂੰ ਜਾਮਾ ਨਹੀਂ ਮਿਲਣਾ, ਜੇਕਰ ਮਿਲਿਆ ਹੈ ਤਾਂ ਮਾਲਕ ਦੀ ਬੰਦਗੀ ਕਰਨੀ ਚਾਹੀਦੀ ਹੈ, ਸਿਮਰਨ ਕਰਨਾ ਚਾਹੀਦਾ ਹੈ। ਸਤਿਗੁਰ ਕਈ ਵਾਰ ਬਚਨ ਕਰਿਆ ਕਰਦੇ ਨੇ ਭਾਈ, ਇਸ ਸੰਸਾਰ ਦੇ ਵਿੱਚ ਆ ਕੇ ਗੁਰੂ ਵਾਲੇ ਬਣਨਾ ਚਾਹੀਦਾ ਹੈ, ਬੇਗੁਰੇ ਰਹਿਣ ਨਹੀਂ ਰਹਿਣਾ ਚਾਹੀਦਾ, ਕਿਉਂਕਿ ਗੁਰੂ ਨੇ ਹੀ ਸਾਨੂੰ ਇਸ ਸੰਸਾਰ ਦੇ ਭਵ ਸਾਗਰ ਤੋਂ ਪਾਰ ਲਗਾਉਣਾ ਹੈ। ਜਿਵੇਂ ਇੱਕ ਵਾਰ ਸਤਿਗੁਰ ਕਬੀਰ ਮਹਾਰਾਜ ਜੀ ਅਕਸਰ ਅੰਮ੍ਰਿਤ ਵੇਲੇ ਸੈਰ ਵਾਸਤੇ ਜਾਇਆ ਕਰਦੇ ਸਨ, ਕਿਉਂਕਿ ਅੱਗੇ ਸਾਧੂ ਮਹਾਤਮਾ ਵੱਖ ਵੱਖ ਨਗਰਾਂ ਦੇ ਵਿੱਚ ਜਾਇਆ ਕਰਦੇ ਸਨ, ਤਾਂ ਅੰਮ੍ਰਿਤ ਵੇਲੇ ਕਿਸੇ ਨਗਰ ਦੇ ਵਿੱਚ ਜਾਇਆ ਕਰਦੇ ਸਨ
ਤਾਂ ਉਹਨਾਂ ਨੂੰ ਰਸਤੇ ਦੇ ਵਿੱਚ ਇੱਕ ਪ੍ਰੇਮੀ ਮਿਲਦਾ ਸੀ ਤੇ ਕਬੀਰ ਮਹਾਰਾਜ ਜੀ ਨੇ ਉਸਨੂੰ ਹਰ ਵੇਲੇ ਕਹਿਣਾ ਕਿ ਭਾਈ ਪਰਮੇਸ਼ਰ ਪਰਮਾਤਮਾ ਦਾ ਨਾਮ ਜਪਿਆ ਕਰ, ਸਿਮਰਨ ਕਰਿਆ ਕਰ। ਪਰ ਉਸ ਦੀਪ ਦੇ ਕੋਈ ਵੀ ਖਾਨੇ ਗੱਲ ਨਹੀਂ ਪੈਣੀ। ਜਦੋਂ ਦੂਸਰੇ ਦਿਨ ਸਤਿਗੁਰੂ ਕਬੀਰ ਮਹਾਰਾਜ ਜੀ ਨੰਗੇ, ਫਿਰ ਉਸਨੂੰ ਕਿਹਾ ਕਿ ਭਾਈ ਤੂੰ ਪਰਮਾਤਮਾ ਦਾ ਨਾਮ ਜਪਿਆ ਕਰ, ਪ੍ਰਭੂ ਦੀ ਬੰਦਗੀ ਕਰਿਆ ਕਰ। ਉਸਨੇ ਫਿਰ ਸੰਤਾਂ ਮਹਾਂਪੁਰਸ਼ਾਂ ਦੀ ਗੱਲ ਨੂੰ ਟਾਲ ਦਿੱਤਾ। ਜਦੋਂ ਵੀ ਸਤਿਗੁਰੂ ਕਬੀਰ ਮਹਾਰਾਜ ਜੀ ਨੂੰ ਉਸਨੇ ਮਿਲਣਾ ਤੇ ਸਤਿਗੁਰੂ ਕਬੀਰ ਮਹਾਰਾਜ ਜੀ ਉਸਨੂੰ ਪਰਮੇਸ਼ਰ ਪਰਮਾਤਮਾ ਦਾ ਨਾਮ ਜਪਣ ਵਾਸਤੇ ਕਿਹਾ ਕਰਦੇ ਸਨ। ਪਰ ਉਸਦੀਪ ਨੇ ਇੱਕ ਵੀ ਗੱਲ ਸੰਤਾਂ ਮਹਾਂਪੁਰਸ਼ਾਂ ਦੀ ਨਹੀਂ ਮੰਨੀ, ਪਰਮੇਸ਼ਰ ਪਰਮਾਤਮਾ ਦਾ ਨਾਮ ਨਹੀਂ ਜਪਿਆ, ਸਿਮਰਨ ਨਹੀਂ ਕੀਤਾ। ਕਿਉਂਕਿ ਸਾਧੂ ਮਹਾਤਮਾ ਨੇ ਤਾਂ ਹਰ ਇੱਕ ਦੀਪ ਨੂੰ ਉਸ ਪਰਮੇਸ਼ਰ ਪਰਮਾਤਮਾ ਦੇ ਨਾਮ ਦੇ ਨਾਲ ਜੋੜਨਾ ਹੈ, ਕਿਉਂਕਿ ਸਾਧੂ ਮਹਾਤਮਾ ਇਸ ਸੰਸਾਰ ਦੇ ਵਿੱਚ ਆਉਂਦੇ ਹੀ ਸਾਨੂੰ ਪਰਮਾਤਮਾ ਦੇ ਨਾਮ ਦੇ ਨਾਲ ਜੋੜਨ ਵਾਸਤੇ। ਕਿਸ ਜੀਵ ਦਾ ਕਿਸੇ ਤਰ੍ਹਾਂ ਉਧਾਰ ਹੋ ਜਾਵੇ, ਪਰਮਾਤਮਾ ਦੇ ਨਾਮ ਦੇ ਨਾਲ ਜੁੜ ਜਾਵੇ। ਹਰ ਰੋਜ਼ ਸਤਿਗੁਰੂ ਕਬੀਰ ਮਹਾਰਾਜ ਜੀ ਨੇ ਉਸਨੂੰ ਕਹਿਣਾ ਪਰਮਾਤਮਾ ਦਾ ਨਾਮ ਜਪਿਆ, ਸਿਮਰਨ ਕਰਨਾ। ਪਰ ਉਹ ਮੂਰਖ ਉਸਦੇ ਖਾਨੇ ਦੇ ਵਿੱਚ ਕੋਈ ਵੀ ਸੰਤਾਂ ਮਹਾਂਪੁਰਸ਼ਾਂ ਦੀ ਗੱਲ ਨਹੀਂ ਪਈ। ਸਮਾਂ ਬੀਤਦਾ ਗਿਆ ਤੇ ਇੱਕ ਦਿਨ ਉਹ ਇਸ ਸੰਸਾਰ ਨੂੰ ਛੱਡ ਕੇ ਚਲਾ ਗਿਆ। ਸਮਾਂ ਬੀਤਿਆ ਤੇ ਸਤਿਗੁਰ ਕਬੀਰ ਮਹਾਰਾਜ ਜੀ ਕਾਫੀ ਦੇਰ ਬਾਅਦ ਫਿਰ ਆਏ ਉਸ ਰਸਤੇ ਤੇ, ਉਹਨਾਂ ਨੇ ਦੇਖਿਆ ਕਿ ਕਾਫੀ ਲੋਕ ਇਕੱਠੇ ਹੋਏ ਨੇ ਤੇ ਸਤਿਗੁਰ ਕਬੀਰ ਮਹਾਰਾਜ ਜੀ ਵੀ ਖੜ ਗਏ, ਉਹ ਵੀ ਦੇਖਣ ਲੱਗੇ। ਜਦੋਂ ਉਹਨਾਂ ਨੇ ਦ੍ਰਿਸ਼ਟੀ ਮਾਰੀ, ਉਹਨਾਂ ਨੇ ਦੇਖਿਆ ਕਿ ਇੱਕ ਬੈਲ ਬੈਠਾ ਹੋਇਆ ਹੈ, ਉਸਦੇ ਨਾਲ ਇੱਕ ਭਰਿਆ ਹੋਇਆ ਜੋ ਸਮਾਨ ਦਾ ਗੱਡਾ ਲੱਦਿਆ ਹੋਇਆ, ਉਸਦੇ ਮੋਹਰੇ ਜੁੜਿਆ ਸੀ ਪਰ ਉਸ ਤੋਂ ਚੱਲਿਆ ਨਹੀਂ ਗਿਆ ਤੇ ਉੱਥੇ ਬੈਠ ਗਿਆ। ਤੇ ਕਬੀਰ ਮਹਾਰਾਜ ਜੀ ਨੇ ਵੀ ਦੇਖਿਆ, ਜਦੋਂ ਉਹਨਾਂ ਨੇ ਆਪਣੀ ਦ੍ਰਿਸ਼ਟੀ ਮਾਰੀ ਤਾਂ ਉਹਨਾਂ ਨੇ ਦੇਖਿਆ ਕਿ ਭਾਈ ਇਹ ਤੇ ਉਹੀ ਪ੍ਰਾਣੀ ਹੈ ਜਿਸ ਨੂੰ ਅਸੀਂ ਨਾਮ ਜਪਣ ਵਾਸਤੇ ਕਿਹਾ ਕਰਦੇ ਸੀ। ਅੱਜ ਇੱਕ ਬੈਲ ਦੇ ਰੂਪ ਦੇ ਵਿੱਚ ਤਕਬੀਰ ਮਹਾਰਾਜ ਜੀ ਦੇਖ ਰਹੇ ਨੇ ਤੇ ਉਹ ਬੈਲ ਦੀਆਂ ਅੱਖਾਂ ਦੇ ਵਿੱਚੋਂ ਪਾਣੀ ਵਗ ਰਿਹਾ ਹੈ। ਤੇ ਕਬੀਰ ਮਹਾਰਾਜ ਜੀ ਸਮਝਾ ਰਹੇ ਨੇ, ਭਾਈ ਅਸੀਂ ਤੈਨੂੰ ਕਿਹਾ ਸੀ ਪਰਮਾਤਮਾ ਦਾ ਨਾਮ ਜਪ ਲੈ, ਸਿਮਰਨ ਕਰ ਲੈ ਤੇ ਤੈਨੂੰ ਜਿਹੜਾ ਜਾਮਾ ਹੈ ਵਧੀਆ ਮਿਲ ਜਾਵੇਗਾ, ਤੇਰਾ ਜੀਵਨ ਸਫਲ ਹੋ ਜਾਵੇਗਾ। ਪਰ ਤੂੰ ਸਾਡੀ ਇੱਕ ਵੀ ਗੱਲ ਤੇ ਗੌਰ ਨਹੀਂ ਕੀਤੀ। ਤੇ ਸਤਿਗੁਰ ਕਬੀਰ ਮਹਾਰਾਜ ਜੀ ਸਮਝਾ ਰਹੇ ਨੇ, ਚਾਰ ਪਾਉ ਮੁਖ ਗੁੰਗ ਉਠਤ ਬੈਠ ਠੇਂਗਾ ਪੜਤ ਹੈ ਅਬ ਕਹਾ ਕਰੇ। ਤੁਹਾਨੂੰ ਕਬੀਰ ਮਹਾਰਾਜ ਜੀ ਸਮਝਾ ਰਹੇ ਨੇ ਕਿ ਭਾਈ ਜਦੋਂ ਤੇਰੇ ਕੋਲ ਸਮਾਂ ਸੀ ਪਰਮਾਤਮਾ ਦਾ ਨਾਮ ਜਪਣ ਵਾਸਤੇ, ਸਿਮਰਨ ਕਰਨ ਵਾਸਤੇ, ਉਦੋਂ ਤੋਂ ਪਰਮਾਤਮਾ ਦਾ ਨਾਮ ਨਹੀਂ ਜਪਿਆ, ਸਿਮਰਨ ਨਹੀਂ ਕੀਤਾ। ਅੱਜ ਤੈਨੂੰ ਇਹ ਬੈਲਾਂ ਵਾਲਾ ਜਿਹੜਾ ਜਾਮਾ ਹੈ ਉਹ ਮਿਲਿਆ ਹੈ, ਇਸ ਦੇ ਵਿੱਚ ਤੇਰੇ ਦੋ ਸਿੰਘ ਨੇ, ਚਾਰ ਪੈਰ ਨੇ, ਮੂੰਹ ਗੁੰਗਾ ਹੈ, ਬੋਲ ਨਹੀਂ ਸਕਦਾ, ਉਠਤ ਬੈਠਣ ਠੇਂਗਾ ਪੜਤ ਹੈ। ਭਾਈ ਜਦੋਂ ਵੀ ਹੁਣ ਤੂੰ ਉੱਠਣਾ ਬਹਿਣਾ ਤੇ ਤੇਰੇ ਮਾਰ ਪੈਣੀ ਹੀ ਪੈਣੀ ਹੈ, ਕਿਉਂਕਿ ਜਦੋਂ ਅਸੀਂ ਵੀ
ਬੈਲ ਨੂੰ ਗੱਡੇ ਦੇ ਅੱਗੇ ਜੋੜਿਆ ਹੁੰਦਾ ਹੈ ਤਾਂ ਉਸਦਾ ਮਾਲਕ ਉਸਦੇ ਡੰਡੇ ਮਾਰਦਾ ਹੈ ਜਦੋਂ ਨਹੀਂ ਤੁਰਦਾ। ਤੇ ਹੁਣ ਕਬੀਰ ਮਹਾਰਾਜ ਜੀ ਸਮਝਾ ਰਹੇ ਨੇ ਕਿ ਭਾਈ ਅਸੀਂ ਤੈਨੂੰ ਬੜਾ ਸਮਝਾਇਆ, ਭਾਈ ਤੂੰ ਪਰਮਾਤਮਾ ਦਾ ਨਾਮ ਜਪ ਲੈ, ਉਦੋਂ ਤੂੰ ਪਰਮਾਤਮਾ ਦਾ ਨਾਮ ਨਹੀਂ ਜਪਿਆ, ਅੱਜ ਤੇਰੇ ਇਹ ਹਾਲਤ ਹੋ ਗਈ ਹੈ ਕਿ ਤੇਰੇ ਕੋਲੋਂ ਤੁਰਿਆ ਵੀ ਨਹੀਂ ਜਾਂਦਾ, ਤੇਰਾ ਮੂੰਹ ਗੁੰਗਾ ਹੈ, ਤੂੰ ਬੋਲ ਨਹੀਂ ਸਕਦਾ, ਪਰਮਾਤਮਾ ਦਾ ਨਾਮ ਨਹੀਂ ਜਪ ਸਕਦਾ, ਦੱਸ ਨਹੀਂ ਸਕਦਾ ਕਿਸੇ ਨੂੰ, ਤੇਰੇ ਚਾਰ ਪੈਰ ਨੇ, ਇਸ ਕਰਕੇ ਭਾਈ ਅਸੀਂ ਤੈਨੂੰ ਸਮਝਾਇਆ ਸੀ ਪਰਮਾਤਮਾ ਦਾ ਨਾਮ ਜਪ ਲੈ, ਪਰ ਤੂੰ ਸਾਡੀ ਇੱਕ ਵੀ ਗੱਲ ਨਹੀਂ ਮੰਨੀ। ਫਿਰ ਬੈਲ ਦੀ ਜੂਨੇ ਪੈ ਗਿਆ। ਸਾਧੂ ਮਹਾਤਮਾ ਸਾਨੂੰ ਸਮਝਾਉਂਦੇ ਨੇ ਪਰ ਅਸੀਂ ਉਹਨਾਂ ਦੀ ਗੱਲ ਤੇ ਅਸਰ ਨਹੀਂ ਕਰਦੇ, ਉਹਨਾਂ ਦੀ ਦੱਸੀ ਹੋਈ ਗੱਲ ਨੂੰ ਆਪਣੇ ਜੀਵਨ ਦੇ ਵਿੱਚ ਨਹੀਂ ਵਸਾਉਂਦੇ। ਸਾਧੂ ਮਹਾਤਮਾ ਵੀ ਸਾਨੂੰ ਇਹ ਸਮਝਾਉਂਦੇ ਨੇ ਕਿ ਭਾਈ ਇਹ 84 ਦਾ ਚੱਕਰ ਹੈ, ਜਨਮ ਮਰਨ ਦਾ ਗੇੜ ਹੈ, ਖਤਮ ਨਹੀਂ ਹੁੰਦਾ, ਇਹੀ ਤੇਰੇ ਕੋਲ ਸਮਾਂ ਹੈ, ਮਨੁੱਖਾ ਜੀਵਨ ਹੈ ਜਿਸ ਦੇ ਵਿੱਚ ਤੂੰ ਆਪਣੇ ਮਨੁੱਖੇ ਜੀਵਨ ਨੂੰ ਸਫਲ ਕਰ ਸਕਦਾ ਹੈ। ਤੇ ਜਦੋਂ ਕਬੀਰ ਮਹਾਰਾਜ ਨੇ ਸਾਰਾ ਵਾਕਿਆ ਉਹਨਾਂ ਨੂੰ ਦੱਸਿਆ ਤੇ ਉਹ ਪ੍ਰਾਣੀ ਕਹਿਣ ਲੱਗੇ ਕਿ ਮਹਾਰਾਜ ਇਸ ਤੇ ਹੁਣ ਕਿਰਪਾ ਕਰ ਦਿਓ, ਕਿਉਂਕਿ ਸਾਧੂ ਮਹਾਤਮਾ ਤਾਂ ਹਮੇਸ਼ਾ ਹੀ ਦਿਆਲੂ ਕਿਰਪਾਲੂ ਹੁੰਦੇ ਨੇ, ਜੋ ਚਾਹੁਣ ਉਹ ਕਰ ਸਕਦੇ ਨੇ। ਫਿਰ ਸਤਿਗੁਰ ਕਬੀਰ ਮਹਾਰਾਜ ਜੀ ਨੇ ਇਹੋ ਦੇਹੀ ਦ੍ਰਿਸ਼ਟੀ ਮਾਰੀ ਕਿ ਉਸਨੂੰ ਫਿਰ ਮੁਕਤੀ ਦੇ ਦਿੱਤੀ, ਉਹ ਫਿਰ ਖਤਮ ਹੋ ਗਿਆ ਤੇ ਫਿਰ ਉਸਨੂੰ ਅਗਲਾ ਜਾਮਾ ਫਿਰ ਮਨੁੱਖਾ ਜੀਵਨ ਬਖਸ਼ ਦਿੱਤਾ। ਕਿਉਂਕਿ ਸਾਧੂ ਮਹਾਤਮਾ ਦੇ ਜਿਹੜੇ ਦਰਸ਼ਨ ਦੀਦਾਰੇ ਨੇ ਉਹੀ ਬਹੁਤ ਵੱਡੇ ਨੇ, ਉਹੀ ਜੀਵ ਦੇ ਜਾਮੇ ਨੂੰ ਬਦਲ ਦਿੰਦੇ ਨੇ ਜਿਹੜੇ ਪੂਰਨ ਸਾਧੂ ਮਹਾਤਮਾ ਦੇ ਨੇ ਭਾਈ। ਇਸ ਕਰਕੇ ਵਾਰ ਵਾਰ ਸਾਨੂੰ ਸਾਧੂ ਮਹਾਤਮਾ ਸਮਝਾਉਂਦੇ ਨੇ ਇਹ ਮਨੁੱਖਾ ਜੀਵਨ ਮਿਲਿਆ ਹੈ, ਵਾਰ ਵਾਰ ਨਹੀਂ ਮਿਲਣਾ, ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਵਾਰ ਵਾਰ ਜਿਉ ਬਨ ਫਲ ਪਾ ਕੇ ਭੋਏ ਗਿਰੇ ਬਾਹਰ ਨਾ ਲਾਂਗੇ ਡਾਰ, ਕਿ ਭਾਈ ਇੱਕ ਵਾਰ ਜਿਹੜਾ ਪੇੜ ਦੇ ਨਾਲ ਫਲ ਪਾ ਕੇ ਜ਼ਮੀਨ ਤੇ ਗਿਰ ਗਿਆ ਉਹ ਫਿਰ ਦੁਬਾਰਾ ਉਸ ਪੇੜ ਦੇ ਨਾਲ ਨਹੀਂ ਲਗਾਇਆ ਜਾ ਸਕਦਾ, ਫਿਰ ਤੇ ਨਵਾਂ ਫਲ ਲੱਗੂਗਾ ਉਸ ਨੂੰ। ਇਸੇ ਤਰ੍ਹਾਂ ਭਾਈ ਇਹ ਮਨੁੱਖਾ ਜੀਵਨ ਹੈ, ਇਹੋ ਜਿਹਾ ਸਾਨੂੰ ਮਿਲਿਆ ਹੈ ਸੁਨਹਿਰੀ ਮੌਕਾ ਕਿ ਅਸੀਂ ਇਸ ਦੇ ਵਿੱਚ ਜੋ ਚਾਹੀਏ ਕਰ ਸਕਦੇ ਹਾਂ, ਪਰਮੇਸ਼ਰ ਪਰਮਾਤਮਾ ਦੀ ਬੰਦਗੀ ਕਰਕੇ ਆਪਣੇ ਜਨਮ ਮਰਨ ਦੇ ਗੇੜ ਨੂੰ ਖਤਮ ਕਰ ਸਕਦੇ, ਉਸ ਮਾਲਕ ਦੀ ਪ੍ਰਾਪਤੀ ਕਰ ਸਕਦੇ ਹਾਂ, ਕਿਉਂਕਿ ਪਰਮਾਤਮਾ ਨੇ ਸਾਨੂੰ ਹਰ ਇੱਕ ਸੋਝੀ ਬਖਸ਼ੀ ਕੀਤੀ ਹੋਈ ਹੈ। ਹੋਰ ਕਿਸੇ ਵੀ ਜੂਨ ਦੇ ਵਿੱਚ ਸੋਝੀ ਨਹੀਂ, ਪਸ਼ੂਆਂ ਨੂੰ ਦੇਖ ਲਈਏ, ਜੇਕਰ ਉਹਨਾਂ ਨੂੰ ਚਾਰਾ ਪਾ ਦਈਏ ਤੇ ਉਹ ਖਾ ਲੈਣਗੇ, ਪਰ ਜੀਵ ਨੂੰ ਇਹੋ ਜਿਹੀ ਮਾਲਕ ਨੇ ਸੋਝੀ ਬਖਸ਼ੀ ਹੈ ਕਿ ਜੀਵ ਆਪ ਹੀ ਖਾਣਾ ਚੱਕ ਕੇ ਖਾ ਸਕਦਾ ਹੈ, ਧੁੱਪ ਲੱਗਦੀ ਹੈ ਤੇ ਸ਼ਾਮੇ ਹੋ ਸਕਦਾ ਹੈ, ਸ਼ਾਮੇ ਹੈ ਤਾਂ ਧੁੱਪੇ ਜਾਣਾ ਧੁੱਪੇ ਬੈਠ ਸਕਦਾ ਹੈ, ਪਰ ਹੋਰ ਜੂਨਾਂ ਦੇ ਵਿੱਚ ਨਹੀਂ ਭਾਈ। ਪਸ਼ੂ ਹੈ, ਪਸ਼ੂ ਦੀ ਜੂਨ ਦੇਖ ਲਓ, ਉਸਨੂੰ ਇੱਕ ਜਗ੍ਹਾ ਬੰਨਿਆ ਹੈ, ਜੇਕਰ ਉਸਦਾ ਮਾਲਕ ਉਸਨੂੰ ਸ਼ਾਮੇ ਬੰਨ ਦੇਵੇਗਾ ਤੇ ਠੀਕ ਹੈ, ਨਹੀਂ ਤੇ ਧੁੱਪੇ ਹੀ ਲੂ ਹੋਣਾ ਪਵੇਗਾ। ਇੱਕ ਇਹੀ ਜਾਮਾ ਹੈ ਮਨੁੱਖਾ ਜਿਸ ਨੂੰ ਅਸੀਂ ਪ੍ਰਾਪਤ ਕਰਕੇ ਸਫਲ ਕਰ ਸਕਦੇ ਹਾਂ ਨਾਮ ਦੇ ਜ਼ਰੀਆ। ਜਦੋਂ ਅਸੀਂ ਗੁਰੂਆਂ ਦੇ ਪਾਸ ਆਉਂਦੇ ਹਾਂ, ਗੁਰੂਆਂ ਨੂੰ ਆਪਣਾ ਤਨ ਮਨ ਅਰਪਣ ਕਰਦੇ ਹਾਂ, ਉਹਨਾਂ ਤੋਂ ਪਰਮਾਤਮਾ ਦੇ ਨਾਮ ਦੀ ਪ੍ਰਾਪਤੀ ਕਰਦੇ ਹਾਂ, ਤੇ ਫਿਰ ਗੁਰੂ ਸਾਹਿਬ ਨੂੰ ਸਮਝਾਉਂਦੇ ਨੇ, ਇੱਕ ਯੁਕਤੀ ਦੱਸਦੇ ਨੇ ਭਾਈ, ਜਿਵੇਂ ਅੱਜ ਵੀ ਕਈ ਸੰਗਤਾਂ ਸਤਿਗੁਰਾਂ ਦੇ ਪਾਸੋਂ
ਪਰਮਾਤਮਾ ਦੇ ਨਾਮ ਦੀ ਪ੍ਰਾਪਤੀ ਕਰਨ ਵਾਸਤੇ ਆਈਆਂ ਨੇ, ਕਿਉਂਕਿ ਸਤਿਗੁਰ ਸਵਾਮੀ ਨਿਰੰਜਨ ਦਾਸ ਮਹਾਰਾਜ ਜੀ ਹਰ ਬੁੱਧਵਾਰ ਸੰਗਤਾਂ ਤੇ ਕਿਰਪਾ ਕਰਦੇ ਨੇ, ਸੰਗਤਾਂ ਨੂੰ ਪਰਮਾਤਮਾ ਦੇ ਨਾਮ ਦੇ ਨਾਲ ਜੋੜਦੇ ਨੇ। ਉਹ ਨਾਮ ਜੋ ਤਨ ਦੌਲਤ ਦੇ ਨਾਲ ਨਹੀਂ ਖਰੀਦਿਆ ਜਾ ਸਕਦਾ, ਕਿਸੇ ਬਾਜ਼ਾਰ ਦੇ ਵਿੱਚੋਂ ਨਹੀਂ ਖਰੀਦਿਆ ਜਾ ਸਕਦਾ, ਉਹ ਸਾਧੂ ਮਹਾਤਮਾ ਸਾਨੂੰ ਨਾਮ ਦਾਨ ਦੇ ਵਿੱਚ ਬਖਸ਼ਿਸ਼ ਕਰਦੇ ਨੇ। ਜਿਸ ਬਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ, ਕਿ ਉਹ ਵਸਤੂ ਤੈਨੂੰ ਕਿੱਥੋਂ ਪ੍ਰਾਪਤ ਹੋਣੀ ਹੈ? ਪੂਰਨ ਸਾਧੂ ਮਹਾਤਮਾ ਦੇ ਕੋਲੋਂ। ਅੱਜ ਸੰਗਤਾਂ ਨਾਮ ਲੈਣ ਵਾਸਤੇ ਆਈਆਂ ਨੇ। ਜਦੋਂ ਸੰਗਤਾਂ ਸਤਿਗੁਰਾਂ ਦੇ ਪਾਸੋਂ ਨਾਮ ਦੀ ਪ੍ਰਾਪਤੀ ਕਰਦੀਆਂ ਨੇ ਤੇ ਸਤਿਗੁਰ ਸਾਨੂੰ ਸਮਝਾਉਂਦੇ ਨੇ, ਇੱਕ ਯੁਕਤੀ ਦੱਸਦੇ ਨੇ, ਪਰਮਾਤਮਾ ਦਾ ਨਾਮ ਜਪਣ ਦੀ ਉਹ ਸਾਨੂੰ ਸਮਝਾਉਂਦੇ ਨੇ ਕਿ ਭਾਈ ਇਹਨਾਂ ਦੋਨਾਂ ਅੱਖਾਂ ਦੇ ਵਿਚਾਲੇ ਆਪਣੇ ਗੁਰੂ ਦਾ ਧਿਆਨ ਕਰਨਾ ਹੈ। ਗੁਰੂ ਦਾ ਧਿਆਨ ਕਰਨ ਵਾਸਤੇ ਕਿਉਂ ਕਹਿੰਦੇ ਨੇ? ਜਦੋਂ ਅਸੀਂ ਗੁਰੂ ਵਾਲੇ ਬਣ ਜਾਂਦੇ ਹਾਂ ਫਿਰ ਗੁਰੂ ਨੇ ਹੀ ਸਾਡੀ ਰੱਖਿਆ ਕਰਨੀ ਹੈ, ਤੇ ਅੰਦਰੋਂ ਵੀ ਜਦੋਂ ਮਿਲਣਾ ਹੈ ਤੇ ਗੁਰੂ ਨੇ ਹੀ ਸਾਨੂੰ ਮਿਲਣਾ ਹੈ। ਅੰਦਰ ਵੀ ਗੁਰੂ ਹੈ ਤੇ ਬਾਹਰ ਵੀ ਪਰਮੇਸ਼ਰ ਪਰਮਾਤਮਾ ਦੇ ਰੂਪ ਦੇ ਵਿੱਚ ਵੀ ਸਾਨੂੰ ਗੁਰੂ ਨੇ ਹੀ ਮਿਲਣਾ ਹੈ। ਭਾਈ ਉਹ ਦੱਸਦੇ ਨੇ ਕਿ ਇਹਨਾਂ ਦੋਨਾਂ ਅੱਖਾਂ ਦੇ ਵਿਚਾਲੇ ਆਪਣੇ ਗੁਰੂ ਦੇ ਧਿਆਨ ਨੂੰ ਧਰਨਾ ਹੈ, ਜਿਸ ਨੂੰ ਮਹਾਂਪੁਰਸ਼ਾਂ ਨੇ ਦਸਵਾਂ ਦੁਆਰ ਕਿਹਾ ਪਰਮੇਸ਼ਰ ਪਰਮਾਤਮਾ ਦਾ ਘਰ, ਕਿਉਂਕਿ ਪਰਮਾਤਮਾ ਨੇ ਜਿਹੜੇ ਜੀਵ ਦੇ ਨੌ ਦਰਵਾਜੇ ਨੇ ਉਹ ਖੁੱਲੇ ਰੱਖੇ ਹੋਏ ਨੇ। ਜਿਹੜਾ ਦਸਵਾਂ ਦੁਆਰ ਹੈ ਉਹ ਬੰਦ ਹੈ, ਉਸਦੀ ਚਾਬੀ ਸਾਧੂ ਮਹਾਤਮਾ ਦੇ ਕੋਲ ਹੈ। ਕਿਹੜੀ ਚਾਬੀ ਹੈ? ਪਰਮਾਤਮਾ ਦਾ ਨਾਮ। ਜਦੋਂ ਸਾਨੂੰ ਦੱਸਦੇ ਨੇ ਕਿ ਭਾਈ ਨਾ ਦੋਨਾਂ ਅੱਖਾਂ ਦੇ ਵਿਚਾਲੇ ਆਪਣੇ ਧਿਆਨ ਨੂੰ ਧਰਨਾ ਹੈ, ਤੇ ਫਿਰ ਆਪਣੇ ਆਪ ਜਦੋਂ ਅਸੀਂ ਅਭਿਆਸ ਕਰਾਂਗੇ, ਬੰਦਗੀ ਕਰਾਂਗੇ, ਸਿਮਰਨ ਕਰਾਂਗੇ, ਤੇ ਆਪਣੇ ਆਪ ਉਹ ਪਰਮੇਸ਼ਰ ਉਹ ਪਰਮਾਤਮਾ ਗੁਰੂ ਸਾਨੂੰ ਮਿਲ ਜਾਵੇਗਾ। ਪਰ ਮਿਲਣਾ ਕਿਤੇ ਕਿਤੋਂ ਬਾਹਰੋਂ ਨਹੀਂ ਮਿਲਣਾ, ਸਾਧੂ ਮਹਾਤਮਾ ਸਾਨੂੰ ਇਹਨਾਂ ਦੋਨਾਂ ਅੱਖਾਂ ਦੇ ਵਿਚਾਲੇ ਧਿਆਨ ਟਿਕਾਉਣ ਨੂੰ ਕਿਉਂ ਕਹਿੰਦੇ ਨੇ ਕਿ ਭਾਈ ਪਰਮੇਸ਼ਰ ਤੇਰੇ ਅੰਦਰ ਹੈ, ਅੰਦਰੋਂ ਹੀ ਮਿਲਣਾ ਹੈ। ਜਦੋਂ ਤੂੰ ਨਾਮ ਦੀ ਕਮਾਈ ਕਰੇਗਾ, ਸਿਮਰਨ ਕਰੇਗਾ, ਪਰਮੇਸ਼ਰ ਕਿਤੇ ਬਾਹਰ ਨਹੀਂ। ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਪਾਵੇ, ਪਰ ਉਸਦੀ ਖੋਜ ਕਰਨੀ ਪਵੇਗੀ। ਭਾਈ ਗੁਰੂ ਤੋਂ ਨਾਮ ਲੈ ਕੇ, ਨਾਮ ਦੇ ਜ਼ਰੀਆ ਅਸੀਂ ਉਸਦੀ ਖੋਜ ਕਰ ਸਕਦੇ ਹਾਂ। ਜਦੋਂ ਧਿਆਨ ਦੱਸਦੇ ਨੇ ਭਾਈ ਜੋ ਧਿਆਨ ਹੈ, ਧਿਆਨ ਨੂੰ ਟਿਕਾਉਣਾ ਬਹੁਤ ਔਖਾ, ਧਿਆਨ ਨਹੀਂ ਟਿਕਦਾ, ਕਿਉਂਕਿ ਸਾਡਾ ਜਿਹੜਾ ਜਨਮਾਂ ਜਨਮਾਂ ਤੋਂ ਧਿਆਨ ਵਿਸ਼ੇ ਬੇਕਾਰਾਂ ਦੇ ਨਾਲ, ਸੰਸਾਰ ਦੀ ਮੋਹ ਮਾਇਆ ਦੇ ਨਾਲ ਲੱਗਾ ਹੋਇਆ ਹੈ, ਉਸਨੂੰ ਅਸੀਂ ਕਿਸ ਤਰ੍ਹਾਂ ਲਗਾ ਸਕਦੇ ਹਾਂ? ਭਾਈ ਪਰਮਾਤਮਾ ਦੇ ਨਾਲ ਬੜਾ ਔਖਾ ਹੈ, ਪਰ ਸਤਿਗੁਰ ਜੀ ਸਮਝਾਉਂਦੇ ਨੇ ਭਾਈ ਇਹ ਧਿਆਨ ਨੂੰ ਹਰ ਰੋਜ਼ ਟਿਕਾਉਣ ਦੀ ਕੋਸ਼ਿਸ਼ ਕਰਨੀ ਹੈ, ਜਿੰਨਾ ਵੀ ਸਮਾਂ ਮਿਲਿਆ। ਜਿਵੇਂ ਇੱਕ ਉਦਾਹਰਣ ਹੈ ਕਿ ਇੱਕ ਘੜਾ ਜੋ ਰੇਤ ਪਾਣੀ ਦਾ ਭਰਿਆ ਹੁੰਦਾ ਹੈ, ਉਸਨੂੰ ਰੇਤ ਦੇ ਉੱਪਰ ਟਿਕਾਉਣਾ ਹੋਵੇ ਤਾਂ ਟਿਕਦਾ ਨਹੀਂ। ਜੇ ਅਸੀਂ ਹਰ ਰੋਜ਼ ਉਹ ਕਾਰਜ ਕਰਾਂਗੇ, ਉਸਨੂੰ ਟਿਕਾਉਣ ਦੀ ਕੋਸ਼ਿਸ਼ ਕਰਾਂਗੇ, ਤਾਂ ਉਹ ਆਪਣੇ ਆਪ ਆਪਣੇ ਥੱਲੇ ਇੱਕ ਖੱਡਾ ਬਣਾ ਲੈਂਦਾ ਹੈ ਤੇ ਉਸਦੇ ਵਿੱਚ ਟਿਕ ਜਾਂਦਾ ਹੈ, ਫਿਰ ਪਾਣੀ ਵੀ ਡੋਲਦਾ। ਇਸੇ ਤਰ੍ਹਾਂ ਭਾਈ ਜੇਕਰ ਅਸੀਂ ਹਰ ਰੋਜ਼ ਆਪਣੇ ਧਿਆਨ ਨੂੰ ਟਿਕਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਆਪਣੇ ਆਪ ਟਿਕ ਜਾਵੇਗਾ, ਉਸ ਮਾਲਕ ਦੇ ਨਾਲ ਗੁਰੂ ਦੇ ਚਰਨਾਂ ਦੇ ਨਾਲ ਜੁੜ ਜਾਵੇਗਾ, ਗੁਰੂ ਦੇ ਧਿਆਨ ਦੇ ਨਾਲ ਜੁੜ ਜਾਵੇਗਾ। ਪਰ ਉਸ ਲਈ ਸਾਨੂੰ ਕੋਸ਼ਿਸ਼ ਕਰਨੀ ਪਵੇਗੀ ਭਾਈ, ਹਰ ਰੋਜ਼। ਇਸ ਸੰਸਾਰ ਤੇ ਕੋਈ ਵੀ ਇਹੋ ਜਿਹਾ ਕੰਮ ਨਹੀਂ ਕਿ ਜਿਹੜਾ ਜੀਵ ਨਹੀਂ ਕਰ ਸਕਦਾ। ਜੀਵ ਨੂੰ ਇਹੋ ਜਿਹੀ ਸ਼ਕਤੀ, ਇਹੋ ਜਿਹੀ ਤਾਕਤ ਉਸ ਮਾਲਕ ਨੇ ਬਖਸ਼ਿਸ਼ ਕੀਤੀ ਹੈ।
ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਕਿ ਪਰਮੇਸ਼ਰ ਨੇ ਜੀਵ ਨੂੰ ਵੀ ਪਰਮੇਸ਼ਰ ਦਾ ਹੀ ਰੂਪ ਦੇ ਕੇ ਸੰਸਾਰ ਦੇ ਵਿੱਚ ਭੇਜਿਆ ਹੈ ਪਰ ਜਦ ਤੱਕ ਇਹ ਜੀਵ ਆਪਣੀ ਪਹਿਚਾਣ ਨਹੀਂ ਕਰਦਾ ਕਿ ਮੈਂ ਕੌਣ ਹਾਂ ਆਪਣੇ ਅੰਦਰ ਆਪਣੇ ਆਪ ਨੂੰ ਖੋਜਣ ਦੀ ਕੋਸ਼ਿਸ਼ ਨਹੀਂ ਕਰਦਾ ਜਦ ਤੱਕ ਇਹ ਜੀਵ ਉਸ ਪਰਮੇਸ਼ਰ ਪਰਮਾਤਮਾ ਨੂੰ ਨਹੀਂ ਮਿਲ ਸਕਦਾ ਭਾਈ ਪਰਮਾਤਮਾ ਤੇਰੇ ਅੰਦਰ ਹੈ ਮਿਲਣਾ ਕਦੋਂ ਹੈ ਜਦੋਂ ਬੰਦਗੀ ਕਰੇਗਾ ਸਿਮਰਨ ਕਰੇਗਾ ਕਹਿ ਰਵਿਦਾਸ ਹਾਥ ਪੈ ਦੇ ਰਹੇ ਸਹਿਜੇ ਹੋਏ ਸੋ ਹੋਈ ਮਹਾਂਪੁਰਖ ਸਮਝਾ ਰਹੇ ਨੇ ਭਾਈ ਉਹ ਹੱਥਾਂ ਪੈਰਾਂ ਤੋਂ ਵੀ ਨੇੜੇ ਹੈ ਪਰਮੇਸ਼ਰ ਕਿਤੇ ਦੂਰ ਨਹੀਂ ਪਰ ਸਿਰਫ ਉਸਦੀ ਭਾਲ ਕਰਨ ਦੀ ਜ਼ਰੂਰਤ ਹੈ ਉਸਨੂੰ ਮਹਿਸੂਸ ਕਰਨ ਦੀ ਜ਼ਰੂਰਤ ਹੈ ਕਿ ਪਰਮੇਸ਼ਰ ਪਰਮਾਤਮਾ ਤੇਰੇ ਅੰਦਰ ਹੈ ਕਿਉਂਕਿ ਅਸੀਂ ਕਦੇ ਵੀ ਆਪਣੇ ਅੰਦਰਲੀ ਖੋਜ ਨਹੀਂ ਕੀਤੀ ਕਦੇ ਆਪਣੇ ਅੰਦਰ ਚਾਟੀ ਨਹੀਂ ਮਾਰੀ ਆਪਣੇ ਆਪ ਨੂੰ ਦੇਖਣ ਦੀ ਕੋਸ਼ਿਸ਼ ਨਹੀਂ ਕੀਤੀ ਜੇਕਰ ਅਸੀਂ ਆਪਣੇ ਆਪ ਨੂੰ ਦੇਖਣ ਦੀ ਕੋਸ਼ਿਸ਼ ਕਰਾਂਗੇ ਕਿਤੇ ਇਕੱਲੇ ਬਹਿ ਕੇ ਆਪਣੇ ਜੀਵਨ ਬਾਰੇ ਆਪਣੇ ਵਿਚਾਰ ਆਪਣੇ ਅੰਦਰ ਵਾਸਤੇ ਸੋਚੀਏ ਕਿ ਸਾਡੇ ਅੰਦਰ ਕੀ ਹੈ ਪਰਮੇਸ਼ਰ ਪਰਮਾਤਮਾ ਕਿਉਂਕਿ ਸਾਡੇ ਸਵਾਸ ਹੀ ਪਰਮੇਸ਼ਰ ਪਰਮਾਤਮਾ ਦੇ ਨਾਲ ਚੱਲ ਰਹੇ ਨੇ ਉਹ ਪਰਮੇਸ਼ਰ ਉਹ ਪਰਮਾਤਮਾ ਨੇ ਸਾਡੇ ਅੰਦਰ ਇੱਕ ਇਹੋ ਜਿਹੀ ਜੋਤ ਰੱਖੀ ਹੈ ਜਦੋਂ ਬੁਝ ਗਈ ਤੇ ਸਵਾਸ ਖਤਮ ਇਹ ਸਰੀਰਾ ਮੇਰਿਆ ਹਰ ਤੁਮ ਨੇ ਜੋਤ ਰੱਖੀ ਤਾਂ ਤੂੰ ਜਗ ਮੇ ਆਇਆ ਜੇਕਰ ਉਹ ਮਾਲਕ ਨੇ ਸਾਡੇ ਅੰਦਰ ਉਹ ਜੋਤ ਰੱਖੀ ਹੈ ਤਾਂ ਫਿਰ ਅਸੀਂ ਇਸ ਸੰਸਾਰ ਦੇ ਵਿੱਚ ਆਏ ਹਾਂ ਮਾਲਕ ਵੀ ਸਾਡੇ ਅੰਦਰ ਹੈ ਭਾਈ ਇਸ ਜੀਵ ਦੇ ਅੰਦਰ ਖੰਡ ਬ੍ਰਹਿਮੰਡ ਨੇ ਜਦੋਂ ਇਹ ਜੀਵ ਅਭਿਆਸ ਕਰਕੇ ਆਪਣੇ ਅੰਦਰ ਬਣਦਾ ਹੈ ਤੇ ਇਸਨੂੰ ਸਾਰਾ ਹੀ ਅੰਦਰਲਾ ਗਿਆਨ ਹੋ ਜਾਂਦਾ ਹੈ ਸਤਿਗੁਰ ਸਵਾਮੀ ਸਰਬਦਾਸ ਮਹਾਰਾਜ ਜੀ ਵੀ ਇਹੀ ਕਿਹਾ ਕਰਦੇ ਸਨ ਕਿ ਭਾਈ ਨਾਮ ਲੈ ਕੇ ਇਸਦੀ ਕਮਾਈ ਕਰੋ ਆਪਣੇ ਅੰਦਰ ਬਣਨ ਦੀ ਕੋਸ਼ਿਸ਼ ਕਰੋ ਜਦ ਤੱਕ ਇਹ ਜੀਵ ਦਾ ਪਰਦਾ ਨਹੀਂ ਖੁੱਲਦਾ ਜਦ ਤੱਕ ਇਹ ਜੀਵ ਆਪਣੇ ਜਨਮ ਮਰਨ ਦੇ ਗੇੜ ਨੂੰ ਖਤਮ ਨਹੀਂ ਕਰ ਸਕਦਾ ਖਤਮ ਕਦੋਂ ਹੋਣਾ ਹੈ ਜਦੋਂ ਇਸ ਜੀਵ ਦਾ ਪਰਦਾ ਖੁੱਲ ਜਾਵੇਗਾ ਅੰਦਰੋਂ ਪਰਮੇਸ਼ਰ ਉਹ ਪਰਮਾਤਮਾ ਪ੍ਰਾਪਤ ਹੋ ਜਾਵੇਗਾ ਭਾਈ ਜੇਕਰ ਅਸੀਂ ਇਸ ਜੀਵਨ ਦੇ ਵਿੱਚ ਵੀ ਬੰਦਗੀ ਨਹੀਂ ਕਰ ਸਕੇ ਸਿਮਰਨ ਨਹੀਂ ਕਰ ਸਕੇ ਤਾਂ ਫਿਰ ਸਾਡਾ ਇਸ ਸੰਸਾਰ ਦੇ ਵਿੱਚ ਵੀ ਆਉਣਾ ਸਫਲ ਨਹੀਂ ਹੋਣਾ ਭਾਈ ਇੱਕ ਇਹੀ ਜਾਮਾ ਹੈ ਪਰਮਾਤਮਾ ਦੀ ਬੰਦਗੀ ਕਰਨ ਵਾਸਤੇ ਸਿਮਰਨ ਕਰਨ ਵਾਸਤੇ ਮਿਲਿਆ ਹੈ ਭਾਈ ਜਿੰਨਾ ਵੀ ਸਮਾਂ ਮਿਲਦਾ ਹੈ ਆਪਣੇ ਪਰਿਵਾਰ ਦੇ ਵਿੱਚ ਰਹਿੰਦੇ ਹੋਏ ਵੀ ਜਿੰਨਾ ਵੀ ਸਮਾਂ ਮਿਲਦਾ ਹੈ ਉਸ ਮਾਲਕ ਦੀ ਯਾਦ ਦੇ ਵਿੱਚ ਲਾਉਣਾ ਹੈ ਬੰਦਗੀ ਦੇ ਵਿੱਚ ਲਾਉਣਾ ਹੈ ਭਾਈ ਕਿਉਂਕਿ ਜਿੰਨੇ ਵੀ ਮਹਾਂਪੁਰਸ਼ ਆਏ ਨੇ ਉਹ ਸਾਨੂੰ ਇਹੀ ਸਮਝਾਉਂਦੇ ਨੇ ਭਾਈ ਆਪਣੀ ਕਿਰਤ ਕਮਾਈ ਵੀ ਕਰੋ ਪਰਮਾਤਮਾ ਦੀ ਬੰਦਗੀ ਵੀ ਕਰੋ ਉਹ ਆਪਣਾ ਕਾਰੋਬਾਰ ਛੱਡਣ ਵਾਸਤੇ ਨਹੀਂ ਕਹਿੰਦੇ ਉਹ ਸਾਨੂੰ ਇਹ ਨਹੀਂ ਕਹਿੰਦੇ ਕਿ ਭਾਈ ਉਹ ਪਰਮੇਸ਼ਰ ਨੂੰ ਚੱਲ ਜਾਓ ਜੰਗਲਾਂ 'ਚ ਲੱਗੋ ਪਹਾੜਾਂ 'ਚ ਲੱਗੋ ਨਦੀਆਂ 'ਚ ਲੱਗੋ ਨਹੀਂ ਉਹ ਕਹਿੰਦੇ ਮਾਲਕ ਤੇਰੇ ਅੰਦਰ ਹੈ ਉਸਨੂੰ ਆਪਣੇ ਅੰਦਰੋਂ ਲੱਭਣ ਦੀ ਕੋਸ਼ਿਸ਼ ਕਰ ਭਾਈ ਗੁਰੂ ਤੋਂ ਨਾਮ ਲੈ ਕੇ ਕਿਉਂਕਿ ਨਾਮ ਤੋਂ ਬਿਨਾਂ ਅਸੀਂ ਉਸ ਮਾਲਕ ਨੂੰ ਨਹੀਂ ਮਿਲ ਸਕਦੇ ਜਿਵੇਂ ਸੰਸਾਰ ਦੇ ਵਿੱਚ ਨਦੀ ਨੂੰ ਪਾਰ ਕਰਨਾ ਹੋਵੇ ਤਾਂ ਬੇੜੀ ਦਾ ਸਹਾਰਾ ਲੈਣਾ ਪੈਂਦਾ ਹੈ ਇਸੇ ਤਰ੍ਹਾਂ ਭਾਈ ਜੇ ਮਾਲਕ ਨੂੰ ਮਿਲਣਾ ਹੈ ਤਾਂ ਫਿਰ ਨਾਮ ਦਾ ਸਹਾਰਾ ਲੈਣਾ ਪਵੇਗਾ ਫਿਰ ਹੀ ਅਸੀਂ ਉਸ ਮਾਲਕ ਨੂੰ ਮਿਲ ਸਕਦੇ ਹਾਂ ਪਰਮੇਸ਼ਰ ਪਰਮਾਤਮਾ ਨੂੰ ਮਿਲ ਸਕਦੇ ਹਾਂ ਇਸ ਕਰਕੇ ਭਾਈ ਇਸ ਤੋਂ ਵੱਡਾ ਸਾਨੂੰ ਕਦੇ ਵੀ ਮੌਕਾ ਨਹੀਂ ਮਿਲਣਾ ਜੇ ਮਿਲਿਆ ਹੈ ਭਾਈ ਇਸਨੂੰ ਸਫਲ ਕਰਨ ਦੀ ਕੋਸ਼ਿਸ਼ ਕਰੋ ਕਿਉਂਕਿ ਅਸੀਂ ਦੇਖਦੇ ਹਾਂ ਕਿ ਸਾਡੇ ਸੰਗੀ ਸਾਥੀ ਕਿੰਨੇ ਚਲੇ ਗਏ ਨੇ ਸੰਸਾਰ ਤੋਂ ਅਸੀਂ ਵੀ ਇੱਕ ਦਿਨ ਜਾਣਾ ਹੈ ਕਿਉਂਕਿ ਜੀਵ ਨੇ ਕਦੇ ਸੋਚਿਆ ਨਹੀਂ ਜੀਵ ਆਪਣੇ ਜੀਵਨ ਤੇ ਵਿਚਾਰ ਨਹੀਂ ਕਰਦਾ ਕਿ ਭਾਈ ਅਸੀਂ ਵੀ ਇੱਕ ਦਿਨ ਜਾਣਾ
ਕਿਉਂਕਿ ਪਤਾ ਨਹੀਂ ਮਾਲਕ ਸਾਡੇ ਹੁਣ ਸਵਾਸ ਕੱਢ ਲਵੇ ਜਾਂ ਕੱਲ ਕੱਢ ਲਵੇ, ਕਿਉਂਕਿ ਮਾਲਕ ਦੀ ਫਸਲ ਮਾੜੀ, ਪਤਾ ਨਹੀਂ ਸਵਾਸ ਆਇਆ ਹੈ ਜਾਂ ਅਗਲਾ ਆਉਣਾ ਹੈ ਜਾਂ ਨਹੀਂ ਆਉਣਾ। ਸਾਧੂ ਮਹਾਤਮਾ ਹਰ ਵੇਲੇ ਉਸ ਮਾਲਕ ਨੂੰ ਕਿਉਂ ਯਾਦ ਰੱਖਦੇ ਨੇ, ਪਰਮੇਸ਼ਰ ਪਰਮਾਤਮਾ ਨੂੰ, ਕਿਉਂਕਿ ਹਰ ਇੱਕ ਸਵਾਸ ਦੀ ਕੀਮਤ ਨੂੰ ਉਹ ਸਮਝਦੇ ਨੇ ਕਿ ਭਾਈ ਸਵਾਸ ਦੀ ਕਿੰਨੀ ਵੱਡੀ ਕੀਮਤ ਹੈ, ਕਿ ਇਹ ਸਵਾਸ ਸਾਨੂੰ ਆਇਆ ਹੈ ਅਗਲਾ ਆਉਣਾ ਜਾਂ ਨਹੀਂ ਆਉਣਾ। ਉਹ ਹਰ ਇੱਕ ਸਵਾਸ ਮਾਲਕ ਦੀ ਯਾਦ ਦੇ ਵਿੱਚ, ਮਾਲਕ ਦੀ ਬੰਦਗੀ ਦੇ ਵਿੱਚ ਲਾਉਣ ਦੀ ਕੋਸ਼ਿਸ਼ ਕਰਦੇ ਨੇ ਭਾਈ, ਪਰ ਅਸੀਂ ਕਦੀ ਇਹਨਾਂ ਤੇ ਵਿਚਾਰ ਨਹੀਂ ਕੀਤਾ ਆਪਣੇ ਸਵਾਸਾਂ ਤੇ ਭਾਈ, ਅਸੀਂ ਕਦੇ ਸੋਚਿਆ ਨਹੀਂ ਕਿ ਸਾਡੇ ਸਵਾਸਾਂ ਦੀ ਕੀਮਤ ਕੀ ਹੈ ਭਾਈ। ਇੱਕ ਇੱਕ ਸਵਾਸ ਦੀ ਬਹੁਤ ਵੱਡੀ ਕੀਮਤ ਹੈ, ਕੀਮਤ ਕਿਸ ਸਵਾਸ ਦੀ ਪੈਂਦੀ ਹੈ ਜਿਹੜਾ ਮਾਲਕ ਦੇ ਨਾਮ ਦੇ ਵਿੱਚ ਲੱਗ ਜਾਂਦਾ ਹੈ, ਮਾਲਕ ਦੀ ਯਾਦ ਦੇ ਵਿੱਚ ਲੱਗ ਜਾਂਦਾ, ਉਸਦੀ ਕੀਮਤ ਪੈ ਜਾਂਦੀ ਹੈ ਭਾਈ। ਜਿਹੜੇ ਨਾਮ ਤੋਂ ਬਿਨਾਂ ਸਵਾਸ ਚਲੇ ਜਾਂਦੇ ਨੇ ਉਹਨਾਂ ਦੀ ਕੋਈ ਵੀ ਕੀਮਤ ਨਹੀਂ ਪੈਂਦੀ। ਇਸ ਦੁਨੀਆਂ ਦੇ ਕਿੰਨੇ ਕਿੰਨੇ ਰਾਜੇ ਮਹਾਰਾਜੇ ਆਏ ਨੇ, ਉਹ ਵੀ ਨਾਮ ਤੋਂ ਬਿਨਾਂ ਰੋਂਦੇ ਚਲੇ ਗਏ ਸੰਸਾਰ ਤੋਂ। ਤਨ ਦੌਲਤ ਤੇ ਬਹੁਤ ਇਕੱਠੀ ਕਰ ਲਈ ਪਰ ਮਾਲਕ ਦਾ ਨਾਮ ਨਹੀਂ ਜਪਿਆ, ਮਾਲਕ ਦੀ ਬੰਦਗੀ ਨਹੀਂ ਕੀਤੀ, ਸਿਮਰਨ ਨਹੀਂ ਕੀਤਾ। ਤਨ ਦੌਲਤ ਸੰਸਾਰ ਤੱਕ ਹੀ ਸੀਮਤ ਹੈ, ਪਰ ਜਿਹੜਾ ਮਾਲਕ ਦਾ ਨਾਮ ਹੈ ਲੋਕ ਤੇ ਪਰਲੋਕ ਦੇ ਵਿੱਚ ਸਹਾਈ ਹੁੰਦਾ ਹੈ ਭਾਈ। ਅਸੀਂ ਇਸ ਦੁਨੀਆਂ ਦੇ ਵਿੱਚ ਆ ਕੇ ਆਪਣੇ ਘਰ ਬਾਰ ਬਣਾ ਲਏ ਨੇ, ਪਰ ਉਹ ਮਾਲਕ ਦਾ ਘਰ ਨਹੀਂ ਆਪਣੇ ਅੰਦਰ ਬਣਾਇਆ ਜਿੱਥੇ ਅਸੀਂ ਜਾਣਾ ਹੈ ਭਾਈ। ਇਸ ਦੁਨੀਆਂ ਦੇ ਵਿੱਚ ਅਸੀਂ ਆਪਣੇ ਰਹਿਣ ਵਾਸਤੇ ਘਰ ਤਿਆਰ ਕਰ ਲੈਂਦੇ, ਪਰ ਜਿੱਥੇ ਅਸੀਂ ਜਾਣਾ ਹੈ ਮਾਲਕ ਦਾ ਘਰ ਹੈ, ਉਸੇ ਆਪਣਾ ਘਰ ਹਜੇ ਤੱਕ ਤਿਆਰ ਨਹੀਂ ਕੀਤਾ ਭਾਈ। ਕਿਉਂਕਿ ਜਾਣਾ ਤੇ ਸੱਚ ਹੈ, ਇੱਕ ਦਿਨ ਇਸ ਦੁਨੀਆਂ ਨੂੰ ਛੱਡ ਕੇ ਜਾਣਾ ਪਵੇਗਾ ਭਾਈ। ਚਾਹੇ ਕੋਈ ਸਾਧੂ ਮਹਾਤਮਾ ਆਏ ਨੇ, ਚਾਹੇ ਕੋਈ ਰਾਜੇ ਮਹਾਰਾਜੇ ਆਏ ਨੇ, ਸੰਸਾਰ ਦੇ ਤੋਂ ਜਾਣਾ ਹੀ ਪੈਣਾ ਹੈ। ਪਰ ਸਾਧੂ ਮਹਾਤਮਾ ਅਮਰ ਹੁੰਦੇ ਨੇ, ਉਹਨਾਂ ਦਾ ਨਾਮ ਰਹਿੰਦਾ, ਉਹ ਚੋੜਾ ਬਦਲ ਜਾਂਦੇ ਨੇ। ਇਸ ਕਰਕੇ ਭਾਈ ਇਹ ਜੀਵਨ ਮਿਲਿਆ ਹੈ, ਇਸ ਦੇ ਵਿੱਚ ਕਿਹੜੀ ਦੌਲਤ ਇਕੱਠੀ ਕਰਨੀ ਹੈ? ਪਰਮਾਤਮਾ ਦੇ ਨਾਮ ਦੀ। ਮੈਂ ਰਾਮ ਨਾਮ ਧਨ ਲਾਦਿਆ ਭਿਖ ਲਾਦੀ ਸੰਸਾਰ, ਜਿਵੇਂ ਮੇਰੇ ਸਾਹਿਬ ਸਤਿਗੁਰ ਰਵਿਦਾਸ ਮਹਾਰਾਜ ਜੀ ਸਮਝਾ ਰਹੇ ਨੇ, ਮੈਂ ਕਿਹੜਾ ਧਨ ਇਕੱਠਾ ਕੀਤਾ ਹੈ? ਰਾਮ ਨਾਮ ਦਾ ਧਨ। ਪਰ ਇਹ ਸੰਸਾਰ ਦੇ ਲੋਕ ਕੀ ਕਰ ਰਹੇ ਨੇ? ਸੰਸਾਰ ਦੇ ਵਿਸ਼ੇ ਵਿਕਾਰਾਂ ਨੂੰ, ਜ਼ਹਿਰ ਨੂੰ ਇਕੱਠਾ ਕਰ ਰਹੇ ਨੇ। ਇਸ ਕਰਕੇ ਭਾਈ ਇਹ ਸਮਾਂ ਮਿਲਿਆ ਹੈ, ਮਾਲਕ ਦੀ ਯਾਦ ਦੇ ਵਿੱਚ ਲਾਉਣਾ ਚਾਹੀਦਾ ਹੈ ਜਿੰਨਾ ਵੀ ਸਮਾਂ ਮਿਲਦਾ ਹੈ। ਇਹ ਵਾਰ ਵਾਰ ਨਹੀਂ ਮਿਲਦਾ। ਜਿੰਨੇ ਵੀ ਮਹਾਂਪੁਰਸ਼ ਆਏ ਨੇ ਉਹ ਇਹੀ ਸਮਝਾ ਰਹੇ ਨੇ ਭਾਈ, ਜਿੰਨਾ ਵੀ ਸਮਾਂ ਮਿਲਦਾ ਹੈ ਮਾਲਕ ਦੀ ਯਾਦ ਦੇ ਵਿੱਚ ਲਾਓ, ਪ੍ਰਭੂ ਦੀ ਬੰਦਗੀ ਦੇ ਵਿੱਚ ਲਾਓ। ਇਹ ਮਨੁੱਖਾ ਜੀਵਨ ਫਿਰ ਪਤਾ ਨਹੀਂ ਮਿਲਣਾ ਹੈ ਜਾਂ ਨਹੀਂ ਮਿਲਣਾ ਭਾਈ। ਭਾਈ ਪ੍ਰਾਪਤ ਮਨੁੱਖ ਦੇ ਹੋਈਆ ਗੋਬਿੰਦ ਮਿਲਣ ਕੀ ਏ ਤੇਰੀ ਵਰੀਆ ਅਮਰ ਕਾਲ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇ ਬਲਨਾ। ਸਤਿਗੁਰ ਜੀ ਸਮਝਾ ਰਹੇ ਨੇ ਕਿ ਭਾਈ ਜਿਹੜੇ ਸੰਸਾਰ ਦੇ ਤੇਰੇ ਕੰਮ ਕਾਰ ਨੇ, ਧੰਦੇ ਨੇ, ਤੇਰੇ ਕਿਤੇ ਵੀ ਕੰਮ ਨਹੀਂ ਆਉਣੇ। ਜੇ ਕੰਮ ਆਉਣਾ ਹੈ ਤਾਂ ਪਰਮੇਸ਼ਵਰ ਪਰਮਾਤਮਾ ਦਾ ਨਾਮ। ਪਰ ਮਾਲਕ ਨੇ ਸਾਡੇ ਸੰਬੰਧ ਬਣਾਏ ਹੋਏ ਨੇ ਜੀਵਾਂ ਦੇ ਨਾਲ, ਇਹ ਵੀ ਅਸੀਂ ਨਿਭਾਉਣੇ ਨੇ, ਤੇ ਨਾਲ ਨਾਲ ਪਰਮੇਸ਼ਵਰ ਪਰਮਾਤਮਾ ਦੀ ਬੰਦਗੀ ਵੀ ਕਰਨੀ ਹੈ, ਸਿਮਰਨ ਵੀ ਕਰਨਾ ਹੈ। ਜਿੰਨਾ ਵੀ ਸਮਾਂ ਮਿਲਦਾ ਹੈ ਜ਼ਿਆਦਾ ਤੋਂ ਜ਼ਿਆਦਾ ਉਸ ਮਾਲਕ ਦੀ ਯਾਦ ਦੇ ਵਿੱਚ ਲਾਉਣਾ ਹੈ। ਨਾਮ ਜਪਣ ਕੋ ਜੀਭਾ ਦਿੱਤੀ ਗੁਰਦਰਸ਼ਨ ਕੋ ਅੱਖਾਂ, ਇੱਕ ਇੱਕ ਸਾਸ ਮੋਲਕ ਜਾਵੇ ਹੱਥ ਨਾ ਆਵੇ ਲੱਖਾਂ ਪਾਈ।
ਜਿੰਨੇ ਵੀ ਧਾਰਮਿਕ ਗ੍ਰੰਥ ਨੇ ਪੜ੍ਹ ਕੇ ਦੇਖ ਲਓ, ਸਾਨੂੰ ਇਹੀ ਸਮਝਾ ਰਹੇ ਨੇ ਭਾਈ, ਨਾਮ ਜਪੋ, ਸਿਮਰਨ ਕਰੋ, ਬੰਦਗੀ ਕਰੋ। ਇਸ ਕਰਕੇ ਭਾਈ, ਇਸ ਤੋਂ ਵੱਡਾ ਮੌਕਾ ਨਹੀਂ ਮਿਲਿਆ ਹੈ ਤੇ ਇਸ ਨੂੰ ਸਫਲ ਕਰਨਾ ਹੈ। ਗੁਰੂ ਵਾਲੇ ਬਣਨਾ ਬਹੁਤ ਜ਼ਰੂਰੀ ਹੈ, ਕਿਉਂਕਿ ਗੁਰੂ ਤੋਂ ਬਿਨਾਂ ਪਾਰ ਉਤਾਰਾ ਨਹੀਂ ਹੋਣਾ ਜੀਵ ਦਾ, ਗੁਰੂ ਨੇ ਹੀ ਪਾਰ ਉਤਾਰਾ ਕਰਨਾ ਹੈ। ਇਸ ਜੀਵ ਦੇ ਅੰਦਰ ਨਾਮ ਹੋਣਾ ਚਾਹੀਦਾ ਹੈ, ਕਿਉਂਕਿ ਸਾਧੂ ਮਹਾਤਮਾ ਜਦੋਂ ਸਾਨੂੰ ਨਾਮ ਦਿੰਦੇ ਨੇ, ਉਹ ਇਹ ਸਮਝਾਉਂਦੇ ਨੇ ਭਾਈ, ਆਪਣੇ ਪਰਿਵਾਰ ਦੇ ਵਿੱਚ ਰਹਿ ਕੇ, ਕਾਰੋਬਾਰ ਦੇ ਵਿੱਚ ਰਹਿ ਕੇ ਵੀ ਤੂੰ ਪਰਮੇਸ਼ਰ ਪਰਮਾਤਮਾ ਦਾ ਨਾਮ ਜਪ ਸਕਦਾ ਹੈ, ਸਿਮਰਨ ਕਰ ਸਕਦਾ ਹੈ। ਇਸ ਕਰਕੇ ਭਾਈ, ਜਿੰਨਾ ਵੀ ਸਮਾਂ ਮਿਲਦਾ ਹੈ ਉਸ ਮਾਲਕ ਦੀ ਯਾਦ ਦੇ ਵਿੱਚ ਲਾਉਣਾ ਹੈ ਤੇ ਆਪਣੇ ਮਨੁੱਖੇ ਜੀਵਨ ਨੂੰ ਸਫਲ ਕਰਨਾ ਹੈ। ਵਾਰ ਵਾਰ ਨਹੀਂ ਮਿਲਣਾ ਭਾਈ, ਆਪਣੇ ਜੀਵਨ ਤੇ ਵਿਚਾਰ ਕਰਕੇ ਦੇਖਣਾ ਹੈ। ਅੱਜ ਬਹੁਤ ਸੰਗਤਾਂ ਸਤਿਗੁਰਾਂ ਪਾਸੋਂ ਨਾਮ ਦੀ ਪ੍ਰਾਪਤੀ ਕਰਨ ਵਾਸਤੇ ਆਈਆਂ ਨੇ ਭਾਈ, ਉਸ ਨਾਮ ਨੂੰ ਪ੍ਰਾਪਤ ਕਰਕੇ ਸਿਮਰਨ ਵੀ ਕਰਨਾ ਹੈ, ਕਿਉਂਕਿ ਅਸੀਂ ਸਿਮਰਨ ਕਰਾਂਗੇ ਤਾਂ ਫਿਰ ਹੀ ਜਿਹੜਾ ਸਾਡਾ ਇਸ ਸੰਸਾਰ ਦੇ ਵਿੱਚ ਆਉਣਾ ਉਹ ਸਫਲ ਹੈ ਭਾਈ। ਜੇਕਰ ਨਹੀਂ ਬੰਦਗੀ ਕੀਤੀ ਤਾਂ ਫਿਰ 84 ਲੱਖ ਜੂਨ ਤਿਆਰ ਹੈ ਭਾਈ, ਪਤਾ ਨਹੀਂ ਅਗਲੀ ਕਿਹੜੀ ਜੂਨ 'ਚ ਅਸੀਂ ਪੈ ਜਾਣਾ, ਫਿਰ ਸਾਡੇ ਕੋਲ ਨਾਮ ਨਹੀਂ ਜਪਿਆ ਜਾਣਾ। ਇਹੀ ਸਮਾਂ ਹੈ ਤੇਰੇ ਕੋਲ ਭਾਈ, ਪਰਮਾਤਮਾ ਦਾ ਨਾਮ ਜਪਣ ਵਾਸਤੇ ਜਿੰਨਾ ਵੀ ਸਮਾਂ ਮਿਲਦਾ ਹੈ ਉਸ ਮਾਲਕ ਦੀ ਯਾਦ ਦੇ ਵਿੱਚ ਲਾਉਣਾ ਹੈ, ਸਿਮਰਨ ਕਰਨਾ ਹੈ, ਫਿਰ ਹੀ ਸਾਡਾ ਇਸ ਸੰਸਾਰ ਦੇ ਵਿੱਚ ਆਉਣਾ ਸਫਲ ਹੈ। ਜਪੋ ਜੀ ਸਤਨਾਮ, ਸਤਨਾਮ ਜੋ ਬੋਲੇ ਸੋ ਨਿਰਭੈ ਸਤਿਗੁਰ ਰਵਿਦਾਸ ਮਹਾਰਾਜ ਕੀ ਜੈ, ਜੋ ਬੋਲੇ ਸੋ ਨਿਰਭੈ ਸਤਿਗੁਰ ਸਵਾਮੀ ਸਰਵਦਾਸ ਮਹਾਰਾਜ ਕੀ ਜੈ, ਜੋ ਬੋਲੇ ਸੋ ਨਿਰਭੈ ਸਰਬੇਕ ਭਗਵਾਨ ਕੀ ਜੈ। ਜੈ ਗੁਰਦੇਵ, ਧੰਨ ਧੰਨ ਦੇਵ, ਸਤਿਗੁਰ।